ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਜੀ ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ ਦੱਸਣਗੇ ਕਿ ਉੱਥੇ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਜੁੱਬਾ ਸਿਟੀ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ, ਸਰਬਜੀਤ ਸਿੰਘ ਪਾਸੀ ਅਟਵਾਟਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ, ਇਹਨਾਂ ਦਾ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਅਤੇ ਜੇ ਤੁਸੀਂ ਹੋਰ ਵੀ ਕਿਸੇ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ, ਕਾਲ ਕਰ ਸਕਦੇ ਹੋ 4082720200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਆ ਤਾਂ ਮੈਡਮ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਪ ਦੇ ਲਈ ਮੁਸੀਬਤਾਂ ਆ ਜਿਹੜੀਆਂ ਉਹ ਵੱਧ ਹੋ ਰਹੀਆਂ, ਤੇ ਹੁਣ ਉਹਨਾਂ ਦਾ ਇੱਕ ਵਿਧਾਇਕ ਭਾਜਪਾ 'ਚ ਜਾ ਬੈਠਾ। ਪੰਜਾਬੀ ਚਾਹੁੰਦੇ ਹੁੰਦੇ ਆ ਕਿ ਫਾਟਕ ਟੁੱਟਿਆ ਤੇ ਘਰ ਲੁੱਟਿਆ ਜੀ, ਜਦੋਂ ਫਾਟਕ ਟੁੱਟ ਗਿਆ ਫਿਰ ਸਮਝ ਲਓ ਘਰ ਲੁੱਟ ਗਿਆ। ਇਹ ਫਾਟਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਟੁੱਟਦਾ ਜਾਂਦਾ ਹੈ। ਸਾਨੂੰ ਯਾਦ ਹੋਣਾ ਸ਼ਾਇਦ ਕਿ ਜਦੋਂ ਪੰਜਾਬ ਦਾ ਨਤੀਜਾ ਆਇਆ ਉਸ ਤੋਂ ਫੌਰੀ ਤੌਰ ਤੇ ਬਾਅਦ ਕੁਛ ਇਹਨਾਂ ਦੇ ਕੈਂਡੀਡੇਟ ਸੀ ਜਿਹੜੇ NCD ਦੇ, ਉਹਨਾਂ ਨੇ ਟਿਕਟਾਂ ਵਾਪਸ ਵੀ ਕੀਤੀਆਂ ਸਨ। ਹੋਰ ਵੀ ਕੁਛ ਇਹੋ ਜਿਹੀਆਂ ਗੱਲਾਂ ਵਾਪਰੀਆਂ, ਇੱਥੇ ਵੀ ਉਤਲ ਪੁਥਲ ਹੋਈ ਪੰਜਾਬ 'ਚ। ਬਹੁਤੇ ਲੀਡਰ ਸੀਗੇ ਜਿਹੜੇ ਪੰਜਾਬ ਦੇ ਮੋਹਰੀ ਕਤਾਰ ਦੇ, ਉਹ ਗੁੱਸੇ ਰਾਜੀ ਆ ਕਿ ਸਾਡੀ ਜਿਹੜੀ ਹਾਰ ਹੋਈ ਆ ਇਸ ਹਾਰ ਦੇ ਵਿੱਚ ਬਹੁਤੇ ਕਾਰਨ ਉਹ ਸ਼ਾਮਿਲ ਆ ਜਿਹੜੇ ਸਾਡੇ ਕਰਕੇ ਨਹੀਂ ਸਨ, ਇਹਨਾਂ ਦੇ ਕੀਤੇ ਕਿਰਾਇਆਂ ਦੇ ਕੰਮਾਂ ਸਦਕਾ ਸੀ। ਉਹ ਜੋ ਹੁਣ ਇਹ ਵਾਪਰਿਆ ਅੱਜ ਇਹ ਚਿੰਤਾਜਨਕ ਹੈ ਆਮ ਆਦਮੀ ਪਾਰਟੀ ਲਈ। ਚਿੰਤਾਜਨਕ ਇਸ ਕਰਕੇ ਆ ਕਿਉਂਕਿ ਇੱਕ ਇਹਨਾਂ ਦਾ ਜਿਹੜਾ MLA ਆ ਉਹਦਾ ਨਾਂ ਕਰਨਲ ਦਵਿੰਦਰ ਸਹਿਰਾਵਤ ਆ, ਉਹ ਪਹਿਲਾਂ ਹੀ ਹੈ ਤੇ ਭਾਵੇਂ ਇਹਨਾਂ ਦੇ ਵਿੱਚ ਪਹਿਲਾਂ ਹੀ ਇਹਨਾਂ ਤੋਂ ਬਾਗੀ ਆ। ਉਹ ਇਲੈਕਸ਼ਨ ਦੇ ਦੌਰਾਨ ਪੰਜਾਬ ਦੇ ਵਿੱਚ ਕਾਂਗਰਸ ਨਾਲ ਰੈਲੀਆਂ ਕਰਵਾਉਂਦਾ ਰਿਹਾ। ਜਰਨੈਲ ਸਿੰਘ ਪਹਿਲਾਂ ਉੱਥੋਂ ਅਸਤੀਫਾ ਦੇ ਚੁੱਕਾ ਰਜੌਰੀ ਗਾਰਡਨ ਤੋਂ, ਤੇ ਪੰਜਾਬ ਦੇ ਵਿੱਚ ਉਹਦੀ ਜ਼ਮਾਨਤ ਜ਼ਬਤ ਹੋ ਗਈ ਆ। ਇਹ ਹੁਣ ਜਿਹੜਾ ਅੱਜ ਅਸਤੀਫਾ ਦੇ ਕੇ ਗਿਆ ਭਵਾਨਾ ਚੋਣ ਖੇਤਰ ਦਾ ਇਹ MLA ਸੀਗਾ ਵੇਦ ਪ੍ਰਕਾਸ਼, ਇਹ ਭਾਰਤੀ ਜਨਤਾ ਪਾਰਟੀ ਦੀ ਅਦਾਲਤ ਤੇ ਜਾ ਬੈਠਾ ਇਹਨਾਂ ਤੋਂ ਉੱਡ ਕੇ। ਇਹ ਹੁਣ ਸਮਝਣ ਦੀ ਜ਼ਰੂਰਤ ਆ ਅਰਵਿੰਦ ਕੇਜਰੀਵਾਲ ਨੂੰ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਮੁੱਠੀ ਚੋਂ ਰੇਤ ਕਿਰਦੀ ਜਾਂਦੀ ਆ, ਜ਼ਰੂਰਤ ਹੈ ਇਸ ਸਮੇਂ ਇਹਨੂੰ ਸੰਭਾਲਣ ਦੀ। ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਗੋਆ ਦੇ ਵਿੱਚ ਸਾਰੀਆਂ ਅਸੀਂ ਗੁਜਰਾਤ ਦੇ ਵਿੱਚ ਸਾਰੀਆਂ ਚੋਣਾਂ ਲੜਨੀਆਂ, ਸਾਰੀਆਂ ਸੀਟਾਂ ਤੇ ਚੋਣਾਂ ਲੜਨੀਆਂ, ਪਰ ਅਸਲੀ ਸਭ ਤੋਂ ਵੱਡੀ ਪ੍ਰੀਖਿਆ ਇਸ ਸਮੇਂ ਇਹਨਾਂ ਦੇ ਕੋਲ MCD ਦੀ ਚੋਣ ਦੀ ਹੈ ਜਾਂ ਜਿਹੜੀ ਰਜੌਰੀ ਗਾਰਡਨ ਦੀ ਉਪ ਚੋਣ ਹੋਣੀ ਹੈ। ਤੋ ਇਹਨਾਂ ਦੋਨਾਂ ਚੋਣਾਂ ਦੇ ਵਿੱਚ ਜੇ ਬੇੜੀ ਪਾਰ ਲਾਉਣੀ ਆ ਫਿਰ ਇਹਨਾਂ ਨੂੰ ਇਹ ਜਿਹੜੀ ਆਪਣੀ ਸ਼ਕਤੀ ਇਹਨਾਂ ਦੀ ਖਿੰਡ ਰਹੀ ਹੈ, ਫਿਰ ਇਸ ਸ਼ਕਤੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਠਿਤ ਰੱਖਣਾ ਪਏਗਾ। ਅੱਜ ਜਿੱਤ ਮੂਲ ਚੁਣੌਤੀ ਨਹੀਂ ਇਹਨਾਂ ਦੇ ਕੋਲ, ਕਿ ਜਿੱਤ ਹੀ ਸਭ ਤੋਂ ਮੂਲ ਚੁਣੌਤੀ ਹੈ, ਚੁਣੌਤੀ ਸਭ ਤੋਂ ਵੱਡੀ ਜਿਹੜੀ ਨਜ਼ਰ ਆਉਂਦੀ ਹੈ ਉਹ ਇਸ ਸਮੇਂ ਇਹ ਇਹਨਾਂ ਲਈ ਚੁਣੌਤੀ ਜਾਪਦੀ ਹੈ ਕਿ ਸੰਗਠਿਤ ਰਹਿਣ। ਜਦੋਂ ਹਮੇਸ਼ਾ ਹਾਰ ਹੁੰਦੀ ਹੈ, ਹਾਰ ਦਾ ਸਭ ਤੋਂ ਵੱਡਾ ਪ੍ਰਭਾਵ ਇਹੋ ਪੈਂਦਾ ਹੈ ਕਿ ਜਿਹੜੀ ਸ਼ਕਤੀ ਹੁੰਦੀ ਕਿਸੇ ਵੀ ਦਲ ਦੀ, ਸੰਗਠਨ ਦੀ, ਟੀਮ ਦੀ, ਉਹ ਖਿੰਡਣ ਲੱਗ ਪੈਂਦੀ ਹੈ। ਤਾਂ ਇਹ ਜਿਹੜੀ ਚੀਜ਼ ਜਿਹੜੀ ਨਕਾਰਾਤਮਕ ਦਿਸਦੀ ਪਈ ਆਮ ਆਦਮੀ ਪਾਰਟੀ ਦੇ ਖੇਮੇ ਲਈ, ਉਹ ਇਹੋ ਹੀ ਆ ਕਿ ਇਹਨਾਂ ਦੇ ਵਿੱਚੋਂ ਕੁਛ ਬੰਦੇ ਆ ਜਿਹੜੇ ਸ਼ਾਇਦ ਪਹਿਲਾਂ ਵੀ ਤਿਆਰ ਹੋਣ, ਅੰਦਰ ਖਾਤੇ ਉਹਨਾਂ ਦੀਆਂ ਤਾਰਾਂ ਮਿਲੀਆਂ ਹੋਣ, ਤਾਰਾਂ ਰਲੀਆਂ ਹੋਣ, ਪਰ ਜਿਹੜੇ ਇਸ ਸਮੇਂ ਜਾ ਰਹੇ ਆ ਉਹ ਇਹਨਾਂ ਦਾ ਨੁਕਸਾਨ ਅੱਗੇ ਜਾ ਕੇ ਕਰ ਸਕਦੇ ਆ। ਅਰਵਿੰਦ ਕੇਜਰੀਵਾਲ ਨੂੰ ਚਿੰਤਾ ਵੀ ਕਰਨੀ ਪਊਗੀ, ਚਿੰਤਨ ਵੀ ਕਰਨਾ ਪਊਗਾ ਕਿ ਕਿਸ ਤਰੀਕੇ ਨਾਲ ਇਸ ਸਾਰੇ ਜਿਹੜੇ ਸਾਨੂੰ ਖੋਰੇ ਲੱਗਦੇ ਪਏ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ। ਸਭ ਤੋਂ ਵੱਡੀ ਗੱਲ ਇਹ ਹੈ ਕਿ MCD ਚੋਣਾਂ ਲਈ ਅਮਿਤ ਸ਼ਾਹ ਉੱਥੇ ਜ਼ੋਰ ਲਾਉਂਦਾ ਪਿਆ, ਇਹਨਾਂ ਦੇ ਹੋਰ ਜਿਹੜੇ ਵੱਡੇ ਆਗੂ ਆ ਉਹ ਜਾ ਕੇ ਦਿੱਲੀ 'ਚ ਬੈਠੇ ਆ। ਦਿੱਲੀ 'ਚ ਇਹਨਾਂ ਦੀ ਕੇਂਦਰ ਸਰਕਾਰ ਆ, ਹਰ ਹਰਬਾ ਹਰ ਹੀਲਾ ਵਰਤਿਆ ਜਾ ਰਿਹਾ। ਜੇ ਇਹਨਾਂ ਨੇ ਹੁਣ ਆਪਣਾ ਏਕਾ ਨਾ ਵਰਤਿਆ ਤੇ ਫਿਰ ਦੇਰ ਹੋ ਜੂ। MCD ਦੀ ਚੋਣ ਜੇ ਹਾਰ ਜਾਂਦੇ ਆ, ਉੱਤੋਂ ਰਜੌਰੀ ਗਾਰਡਨ ਦੀ ਉਪ ਚੋਣ ਜੇ ਹਾਰ ਜਾਂਦੇ ਆ, ਤੇ ਫਿਰ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਸਥਿਤੀ ਜਿਹੜੀ ਆ ਉਹ ਸਥਾਪਿਤ ਹੋਣ ਦੀ ਤੇ ਛੱਡੋ, ਫਿਰ ਜਿਹੜੀ ਹੋਣ ਦੀ ਲੜਾਈ ਬਣ ਕੇ ਰਹਿ ਜਾਏਗੀ, ਗੱਲ ਉੱਥੋਂ ਤੱਕ ਨਾ ਜਾਵੇ। ਇਸ ਗੱਲ ਨੂੰ ਇੱਥੇ ਰੋਕ ਲੈਣਾ ਚਾਹੀਦਾ, ਇਹ ਕਿਵੇਂ ਰੁਕੇਗੀ ਇਹ ਇਹਨਾਂ ਨੂੰ ਮੰਥਨ ਕਰਨਾ ਚਾਹੀਦਾ। ਬਹੁਤ ਜ਼ਰੂਰੀ ਆ ਜੀ, ਜੋ ਕੁਛ ਹੋਇਆ ਉਸ ਦਾ ਮੰਥਨ ਕਰਨਾ ਬਣਦਾ ਆ। ਤੇ ਅੱਗੇ ਇੱਕ ਸ਼ਿਵ ਸੈਨਾ ਦਾ ਜਿਹੜਾ ਸਾਂਸਦ ਸੀ ਉਸਨੂੰ ਬੈਨ ਕਰ ਦਿੱਤਾ ਗਿਆ ਸੀ, ਕਾਫੀ ਰੌਲਾ ਗੋਲਾ ਪਿਆ ਆ, ਤੇ ਪਰ ਸਰਕਾਰ ਨੂੰ ਝੁਕਾ ਲਿਆ ਜੀ ਉਹਨਾਂ ਨੇ ਰੌਲਾ ਪਾ ਕੇ ਲੋਕ ਸਭਾ ਚ। ਉਹ ਬਸ ਜਿੱਥੋਂ ਦੀ ਖੋਤੀ ਉੱਥੇ ਆ ਖਲੋਤੀ। ਇਹ ਜਿਸ ਤਰ੍ਹਾਂ ਦੀ ਸਾਡੀ ਇੱਥੋਂ ਦੀ ਸਰਕਾਰ ਦੀ ਹਰੇਕ ਦੀ ਕਾਰਜ ਪ੍ਰਣਾਲੀ ਹੁੰਦੀ ਹੈ, ਉਹ ਇਹੋ ਜਿਹੇ ਮੌਕਿਆਂ ਤੇ ਆ ਕੇ ਆਪਣਾ ਰੰਗ ਵਿਖਾ ਦਿੰਦੀ ਹੈ
ਅੱਜ ਲੋਕ ਸਭਾ ਦੇ ਵਿੱਚ ਸ਼ਿਵ ਸੈਨਾ ਵਾਲੇ ਰੌਲਾ ਰੱਪਾ ਪਾ ਬੈਠੇ ਉੱਥੇ। ਤੇ ਕਮਾਲ ਦੀ ਗੱਲ ਤੇ ਆ ਕਿ ਬਹੁਤ ਸਾਰੇ ਹੋਰ ਦਲਾਂ ਦੇ ਸਾਂਸਦ ਸੀ ਜਿਹੜੇ ਉਹ ਉਹਨਾਂ ਦੇ ਨਾਲ ਸੁਰ ਚ ਸੁਰ ਮਿਲਾਉਂਦੇ ਨਜ਼ਰ ਆਏ। ਅਸਲ ਦੇ ਵਿੱਚ ਸਾਰਿਆਂ ਨੂੰ ਪਤਾ ਕਹਾਣੀ ਦਾ ਕਿ ਰਵਿੰਦਰ ਗਾਇਕਵਾੜ ਨੇ ਜਿਹੜੀ ਬਦਤਮੀਜ਼ੀ ਕੀਤੀ ਉਸ ਬੇਹੂਦਾ ਬੰਦੇ ਨੇ, ਉਹ ਸਾਰੇ ਜਗਤ ਦੇ ਵਿੱਚ ਭਾਰਤ ਦੀ ਕਿਰਕਰੀ ਕਰਾ ਗਈ, ਭਾਰਤ ਦੀ ਖੇਹ ਕਰਾ ਗਈ। ਪਰ ਬਾਵਜੂਦ ਇਸ ਦੇ ਕਿ ਉਸ ਬੰਦੇ ਨੂੰ ਕੋਈ ਮਾੜੀ ਮੋਟੀ ਸਜ਼ਾ ਮਿਲਦੀ, ਕੋਈ ਮਾੜੀ ਮੋਟੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ, ਮਾੜੀ ਕਿਉਂ ਮੋਟੀ ਕਾਰਵਾਈ ਕੀਤੀ ਜਾਂਦੀ, ਉਹ ਸਾਰਾ ਕੁਛ ਕਰਨ ਦੀ ਬਜਾਏ ਉਹਨੂੰ ਬਚਾਉਣ ਦੇ ਲਈ, ਉਹਨੂੰ ਸੱਚਾ ਕਰਾਉਣ ਦੇ ਲਈ ਉਹ ਸਾਰੇ ਪੱਬਾਂ ਭਰ ਨਜ਼ਰ ਆਉਂਦੇ ਆ। ਸ਼ਿਵ ਸੈਨਾ ਵਾਲੇ ਜਾ ਕੇ ਉੱਥੇ ਸੰਸਦ ਦੇ ਵਿੱਚ ਇਹ ਕਹਿਣ ਡਿਆ ਸੀਗੇ ਅੱਜ ਕਿ ਜੀ ਦੇਖੋ ਜਿਹੜਾ ਕਪਿਲ ਹੈ, ਜਿਹੜਾ ਹਾਸਰਸ ਕਲਾਕਾਰ ਹੈ ਕਪਿਲ ਸ਼ਰਮਾ, ਉਹਨੇ ਵੀ ਤੇ ਬਦਤਮੀਜ਼ੀ ਕੀਤੀ ਸੀ ਫਲਾਈਟ ਦੇ ਵਿੱਚ ਆਸਟ੍ਰੇਲੀਆ ਤੋਂ ਮੁੜਦਿਆਂ, ਉਹਨੇ ਵੀ ਤੇ ਖਰੂਦ ਪਾਇਆ ਸੀ, ਉਹਨੂੰ ਤੁਸੀਂ ਬੈਨ ਕਿਉਂ ਨੀ ਕੀਤਾ? ਇਹ ਸੰਸਦ ਆ, ਸੰਸਦ ਦੇ ਇਹ ਇਹਨੇ ਹਰੇਕ ਏਅਰਲਾਈਨਸ ਤੇ ਜਾਣਾ ਹੈ, ਸਫ਼ਰ ਕਰਨਾ ਹੈ, ਇੱਕ ਯਾਤਰੀ ਦੇ ਤੌਰ ਤੇ ਸਫ਼ਰ ਕਰ ਰਿਹਾ ਸੀਗਾ। ਇਹਦੇ ਨਾਲ ਜੋ ਬਦਤਮੀਜ਼ੀ ਉਸ ਬੰਦੇ ਨੇ ਕੀਤੀ, ਉਸ ਬੰਦੇ ਤੇ ਸਗੋਂ ਕਾਰਵਾਈ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਵਾਲੇ ਤੇ ਇੱਥੋਂ ਤੱਕ ਕਹਿ ਗਏ ਕਿ ਜੀ ਅਸੀਂ ਇਹ ਜਾਣਦੇ ਹਾਂ ਏਅਰਲਾਈਨਸ ਜਿਹੜੀਆਂ ਇਹਨੂੰ ਬਲੈਕਲਿਸਟ ਕਰੀ ਬੈਠੀਆਂ, ਇਹਨਾਂ ਦੇ ਵਿੱਚ ਇੱਕ ਏਅਰਲਾਈਨਸ ਉਹ ਹੈ ਜਿਹੜੀ ਦਾਊਦ ਅਬਰਾਹਿਮ ਦੇ ਪੈਸੇ ਨਾਲ ਚੱਲਦੀ ਹੈ। ਦੇਖੋ ਉਹ ਉਲਟਾ ਏਅਰਲਾਈਨਸ ਨੂੰ ਕਟਹਿਰੇ ਚ ਖੜਾ ਕਰਦੇ ਪਏ ਆ ਕਿ ਜੀ ਇਹ ਤੇ ਦੇਸ਼ ਵਿਰੋਧੀਆਂ ਨੂੰ ਸ਼ਹਿ ਦਿੰਦੇ ਆ। ਇੱਥੋਂ ਤੱਕ ਆਖ ਦਿੱਤਾ ਜੀ ਕਿ ਜੇ ਦੇਸ਼ ਵਿਰੋਧੀ ਜਿਹਨਾਂ ਤੇ ਕੇਸ ਚੱਲਦੇ ਆ, ਜਿਹਨਾਂ ਤੇ ਦੇਸ਼ ਧਰੋਹ ਦੇ ਕੇਸ ਚੱਲਦੇ ਆ, ਉਹ ਵੀ ਇਹਨਾਂ ਫਲਾਈਟਾਂ ਦੇ ਵਿੱਚ ਚੜੇ ਫਿਰਦੇ ਤੇ ਸਾਡਾ ਸਾਂਸਦ ਕਿਉਂ ਨਹੀਂ? ਹੁਣ ਦੇਖੋ ਇੱਥੋਂ ਤੱਕ ਸੀਮਤ ਨਹੀਂ ਰਿਹਾ ਕੰਮ, ਅਸੀਂ ਤੇ ਹੈਰਾਨ ਰਹਿ ਗਏ ਅੱਜ ਸਾਰਾ ਵਰਤਾਰਾ ਵੇਖ ਕੇ। ਜਿਹੜੀ ਲੋਕ ਸਭਾ ਦੀ ਸਪੀਕਰ ਆ ਬੀਬੀ ਸੁਮਿਤਰਾ ਮਹਾਜਨ, ਉਹਨੇ ਵੀ ਬਾਹਰ ਨਿਕਲ ਕੇ ਕਿਹਾ ਜੀ, ਕਹਿੰਦੀ ਹੈ ਸੰਸਦ ਦੇ ਘੇਰੇ ਦੀ ਕਾਰਵਾਈ ਨਹੀਂ ਹੈ, ਇਹ ਤੇ ਆਪਸ ਦੇ ਵਿੱਚ ਬੈਠ ਕੇ ਨਿਬੇੜਨਾ। ਜਦਕਿ ਕਿਸੇ ਵੀ ਤਰੀਕੇ ਦੀ ਜਦੋਂ ਇਸ ਤਰ੍ਹਾਂ ਦੀ ਸੰਸਦ ਦੀ ਮਰਿਆਦਾ ਕਿਤੇ ਭੰਗ ਹੁੰਦੀ ਹੈ ਕਿਸੇ ਸੰਸਦ ਵੱਲੋਂ, ਸੰਸਦ ਆਪਦੇ ਹਿਸਾਬ ਕਿਤਾਬ ਨਾਲ ਕੰਮ ਕਰ ਸਕਦੀ ਹੈ, ਕਾਰਵਾਈ ਕਰ ਸਕਦੀ ਹੈ, ਪਰ ਉਹਨੇ ਨਿਬੇੜਾ ਹੀ ਨਿਬੇੜ ਦਿੱਤਾ। ਉਹ ਕਹਿੰਦੀ ਜੀ ਆਪਣੇ ਆਪਣੇ ਪੱਧਰ ਤੇ ਇਹ ਨਿਬੇੜ ਲੈਣਾ, ਸੰਸਦ ਦਾ ਕੋਈ ਕੰਮ ਜਿਹਾ ਬਣਦਾ ਨਹੀਂ ਇਹਦੇ ਚ। ਦੂਜੇ ਪਾਸੇ ਹੈਰਾਨਗੀ ਦੀ ਗੱਲ ਇਹ ਹੋਈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਜ਼ਹਿਰ ਉਗਲਦੇ ਵਿਖਾਉਂਦੇ ਲੋਕਾਂ ਨੂੰ, ਇਹਨਾਂ ਨੇ ਇੱਕ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਇਹ ਫੈਸਲਾ ਕਰ ਲਿਆ ਗਿਆ ਕਿ ਜੀ ਇਹ ਜਿਹੜੇ ਨੇਮ ਕਹਿੰਦੇ ਆ, ਜਿੱਦਾਂ ਬਲੈਕਲਿਸਟ ਕਰ ਦਿੰਦੀਆਂ ਏਅਰਲਾਈਨਸ ਜਿਹੜਾ ਬੰਦਾ ਕੋਈ ਖਰੂਦੀ ਹੈ, ਸੋ ਇਹ ਇਹਦੇ ਬਾਬਤ ਜਿਹੜੇ ਨੇਮ ਕਹਿੰਦੇ ਉਹ ਵੀ ਨੇਮ ਕਹਿੰਦੇ ਬਦਲ ਦਿੱਤੇ ਜਾਂਦੇ। ਹੁਣ ਕਾਨੂੰਨ ਦੇ ਵਿੱਚ ਸੋਧ ਸਿਰਫ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਰਵਿੰਦਰ ਗਾਇਕਵਾੜ ਨੂੰ ਜੋ ਬਲੈਕਲਿਸਟ ਕੀਤਾ 6 ਏਅਰਲਾਈਨਸ ਨੇ, ਕਿ ਉਸ ਬਲੈਕਲਿਸਟ ਜਿਹੜੀ ਸੂਚੀ ਹੈ ਉਹਦੇ ਚੋਂ ਬਾਹਰ ਕਢਾਇਆ ਜਾਵੇ। ਸੋ ਉਹਦੇ ਲਈ ਸਜ਼ਾ ਕਿਸੇ ਨੇ ਕੀਤਾ ਕਰਵਾਉਣੀ ਸੀ, ਉਹਦੇ ਲਈ ਕਾਨੂੰਨ ਚ ਬਦਲੀ ਕੀਤੀ ਜਾ ਰਹੀ ਹੈ, ਸ਼ਾਇਦ ਇਸੇ ਕਰਕੇ ਕਿਉਂਕਿ ਸੰਸਦਾਂ ਨੂੰ ਪਤਾ ਹੈ ਉੱਥੇ ਜਾ ਕੇ ਇਕੱਠੇ ਇਸ ਕਰਕੇ ਹੋ ਜਾਂਦੇ ਕਿ ਕੱਲ ਨੂੰ ਮੇਰੇ ਤੇ ਵੀ ਭੀੜ ਪੈ ਸਕਦੀ ਹੈ। ਤੇ ਅੱਜ ਇਹੋ ਜਿਹਾ ਇੱਕ ਵੇਖਣਾ ਵੀ ਪਿਆ ਸਾਨੂੰ ਨਜ਼ਾਰਾ, ਬਿਹਾਰ ਦੇ ਵਿੱਚ ਮਧੂਬਨੀ ਦਾ ਉੱਥੋਂ ਦਾ ਸਾਂਸਦ ਆ ਹੁਕਮਦੇਵ ਨਾਰਾਇਣ ਯਾਦਵ, ਉਹ ਜਦੋਂ ਏਅਰਪੋਰਟ ਤੇ ਗਿਆ ਤੇ ਟਰਮੀਨਲ ਤੋਂ ਉਹਨੇ ਫਲਾਈਟ ਤੱਕ ਜਾਣ ਲਈ ਇੱਕ ਅਲੱਗ ਬੱਸ ਮੰਗਾਈ। ਦੂਜੇ ਜਿਹੜੇ ਯਾਤਰੂ ਸੀ ਸਾਰਿਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਥੱਲੇ ਉਤਾਰੋ, ਇਹਨਾਂ ਨੂੰ ਇੱਥੇ ਖਿਲਾਰ ਦਿਓ, ਮੈਨੂੰ ਇਕੱਲੇ ਨੂੰ ਉੱਥੇ ਫਲਾਈਟ ਤੱਕ ਛੱਡ ਕੇ ਆਓ। ਤਿੰਨ ਤੱਕ ਉਹਨੂੰ ਇਕੱਲੇ ਨੂੰ ਬਿਠਾ ਕੇ ਛੱਡ ਕੇ ਆਏ ਆ, ਤੇ ਉਹ ਜਿਹੜੇ ਯਾਤਰੀ ਸੀਗੇ ਜਿਨ੍ਹਾਂ ਦੇ ਨਾਲ ਬੱਚੇ ਸੀ ਕੁਛ ਬਜ਼ੁਰਗ ਵੀ ਸੀ, ਉਹ ਧੁੱਪ 'ਚ ਖੜਾ ਦਿੱਤੇ ਗਏ। ਸੋ ਇਹ ਸਾਰਾ ਜੋ ਕੁਛ ਵਾਪਰਦਾ ਪਿਆ ਬੜਾ ਸ਼ਰਮ ਦਾ ਸਬੱਬ ਆ। ਹੈਰਾਨਗੀ ਦੀ ਗੱਲ ਇਹ ਹੈ ਕਿ ਜਿਹੜਾ ਸਾਂਸਦ ਆਪ ਕਹਿੰਦਾ ਸੀ ਕਿ ਉਹਨੇ ਮੋਦੀ ਦਾ ਨਾਂ ਲਿਆ ਤੇ ਮੈਂ ਇੱਕ ਨੀ ਅੱਧ ਨੀ 25 ਉਹਦੇ ਸਿਰ 'ਚ ਚੱਪਲਾਂ ਚੜੀਆਂ, ਉਸ ਬੰਦੇ ਦੀ ਖੱਲ ਬਚਾਉਣ ਲਈ ਇਹਨਾਂ ਸਾਰਿਆਂ ਨੇ ਏਕਾ ਕਰ ਲਿਆ ਕਿ ਇਹਨੂੰ ਤੱਤੀ ਵਾਹ ਨਹੀਂ ਲੱਗਣ ਦੇਣੀ। ਹੁਣ ਸਾਰੇ ਲੋਕ ਸਵਾਲ ਕਰਦੇ ਆ ਕਿ ਜੇ ਇਸ ਤਰ੍ਹਾਂ ਬੰਦਾ ਇੱਕ ਸ਼ਰੇਆਮ ਕੁੱਟ ਕੇ ਇੱਕ ਕਰਮਚਾਰੀ ਨੂੰ ਇੱਥੋਂ ਤੱਕ ਥੱਲੇ ਸੁੱਟਣ ਦੀ ਕੋਸ਼ਿਸ਼ ਕਰਕੇ ਵੀ ਇਹ ਕਹਿੰਦਾ ਜੀ ਕਿ ਮੇਰੇ ਤੋਂ ਮਾਫ਼ੀ ਮੰਗੋ, ਇਹਦਾ ਮਤਲਬ ਕੋਈ ਸਾਂਸਦ ਨਹੀਂ, ਉਹ ਤੇ ਗੁੰਡਾਗਰਦੀ ਤੇ ਲੇਰ ਕਰਦੀ ਆ। ਸਾਡੇ ਇੱਥੇ ਸਾਰੇ ਲੋਕ ਜਿਹੜੇ ਆ ਅੱਜ ਟੈਲੀਵਿਜ਼ਨ ਤੇ ਸਭ ਕੁਛ ਦੇਖਦੇ ਪਏ ਸੀ ਤੇ ਨਾਲੇ ਹੱਸਦੇ ਸਨ ਕਿ ਵਾਕਈ ਜਿਹੜੀ ਸੰਸਦ ਆ, ਔਰ ਸੰਸਦ ਬਾਰੇ ਇੱਥੇ ਸਾਡੇ ਜਿਹੜੇ ਇੱਕ ਸੱਜਣ ਨੇ ਇੱਕ ਕਾਰਟੂਨ ਬਣਾਇਆ ਸੀ ਕਿ ਕਾਰਟੂਨ ਬਣਾ ਉਹਨੇ ਇਹੋ ਜਿਹਾ ਬਣਾਇਆ ਸੀ ਕਿ ਇੱਕ ਟੋਇਲਟ ਸੀਟ ਦੇ ਉੱਤੇ ਸੰਸਦ ਦੀ ਫੋਟੋ ਲਾ ਦਿੱਤੀ ਸੀ, ਤੇ ਉਹ ਸਾਰੇ ਉਸ ਤਰ੍ਹਾਂ ਦੀਆਂ ਜਿਹੜੀਆਂ ਕਲਾਕ੍ਰਿਤੀਆਂ ਉਹਨਾਂ ਨੂੰ ਆਪਣੇ ਜ਼ਹਿਨ ਚ ਵਸਾਈ ਦਿੰਦੇ ਸੀ ਕਿ ਵਾਕਿਆ ਠੀਕ ਆ। ਕਈ ਵਾਰ ਜਿਹੜੇ ਕਾਰਟੂਨਿਸਟ ਆ ਜਾਂ ਕਲਾਕਾਰ ਆ ਉਹ ਤਲਖੀ ਦੇ ਵਿੱਚ ਹੀ ਸਹੀ, ਪਰ ਕਦੇ ਕਦੇ ਸੱਚ ਨੂੰ ਬਿਆਨ ਦਿੰਦੇ ਆ। ਅੱਜ ਸੱਚ ਇੱਕ ਵਾਰੀ ਫਿਰ ਪ੍ਰਤੱਖ ਤੌਰ ਤੇ ਸੰਸਦ ਦੀ ਪਰਿਕਰਮਾ ਤੋਂ ਬਾਹਰ ਆ ਕੇ ਲੋਕਾਂ ਦੇ ਰੂਬਰੂ ਹੋਇਆ ਕਿ ਅਸਲ ਦੇ ਵਿੱਚ ਜਿਹੜੇ ਇੱਕ ਦੂਜੇ ਨੂੰ ਮਿਹਣੋ ਮਿਹਣੇ ਹੁੰਦੇ ਆ, ਜਿਹੜੇ ਇੱਕ ਦੂਜੇ ਨੂੰ ਗਾਲਾਂ ਕੱਢਣ ਤੱਕ ਜਾਂਦੇ ਆ, ਜਦੋਂ ਇੱਕ ਤੇ ਭੀੜ ਪੈਂਦੀ ਹੈ ਤੇ ਕਾਵਾਂਗੂ ਇਕੱਠੇ ਹੋ ਜਾਂਦੇ ਆ। ਬਿਲਕੁਲ, ਪਰ ਲੋਕਾਂ ਨੂੰ ਜ਼ਰੂਰ ਸੋਚਣਾ ਪਊਗਾ ਕਿ ਜੇ ਇਸ ਤਰ੍ਹਾਂ ਦੇ ਸੰਸਦ ਤੁਹਾਡੀ ਵੋਟ ਨਾਲ ਉੱਥੇ ਜਾਂਦੇ ਆ ਤਾਂ ਤੁਹਾਡੇ ਲਈ ਕੀ ਕਰਦੇ ਆ।
ਜ਼ਰੂਰ ਮਜਬੂਰ ਹੋਣਾ ਚਾਹੀਦਾ ਲੋਕਾਂ ਨੂੰ। ਅਤੇ ਅੱਗੇ ਆਪਾਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਗੱਲ ਕਰੀਏ ਕਿ ਉਹਨਾਂ ਦੇ ਖਿਲਾਫ ਹਿੰਸਾ, ਦੋ ਮੌਤਾਂ ਅਤੇ ਕਈ ਘਰ ਸਾੜੇ ਗਏ। ਇਹ ਪਾਟਨ ਜ਼ਿਲ੍ਹੇ ਦੇ ਵਿੱਚ ਘਟਨਾ ਹੋਈ ਹੈ। ਘਟਨਾ ਦਾ ਮੁੱਢ ਉਦੋਂ ਬੱਚਾ ਜਦੋਂ ਵਿਦਿਆਰਥੀ ਇੱਕ ਪ੍ਰੀਖਿਆ ਸੈਂਟਰ ਦੇ ਵਿੱਚ ਇਮਤਿਹਾਨ ਦੇਣ ਗਏ ਸਨ। ਉੱਥੇ ਦੋ ਫਿਰਕਿਆਂ ਦੇ ਮੁੰਡੇ, ਕੋਈ ਬਹੁਤੀ ਜ਼ਿਆਦਾ ਉਮਰ ਦੇ ਨਹੀਂ ਸਨ, 14-14 15-15 ਸਾਲ ਦੇ ਸੀਗੇ। ਉਹ ਉਸ ਪ੍ਰੀਖਿਆ ਸੈਂਟਰ ਦੇ ਵਿੱਚ ਦਾਖਲ ਹੋਣ ਤੋਂ ਲੈ ਕੇ ਇੱਕ ਦੂਜੇ ਨਾਲ ਝਗੜ ਪਏ। ਝਗੜਾ ਵੱਧਦਾ ਵੱਧਦਾ ਇੱਥੋਂ ਤੱਕ ਚਲੇ ਗਿਆ ਕਿ ਇੱਕ ਦੂਜੇ ਦੇ ਕਾਲਰ ਫੜ ਲਏ। ਹੋ ਸਕਦਾ ਇੱਕ ਦੂਜੇ ਦੇ ਇੱਕ ਇੱਕ ਦੋ ਦੋ ਜੜ ਵੀ ਦਿੱਤੀਆਂ ਹੋਣ। ਉਸ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜੇ ਠਾਕਰਾਂ ਦੇ ਜਵਾਕ ਸੀਗੇ ਉਹ ਉੱਥੋਂ ਭੱਜ ਨਿਕਲੇ। ਭੱਜ ਕੇ ਉਹ ਆਪਣੇ ਪਿੰਡਾਂ 'ਚ ਚਲੇ ਗਏ ਅਤੇ ਉਹਨਾਂ ਨੇ ਜਾ ਕੇ ਆਖਿਆ ਕਿ ਮੁਸਲਮਾਨਾਂ ਦੇ ਮੁੰਡੇ ਸਾਡੇ ਗੱਲ ਪੈ ਗਏ ਆ। ਭੀੜਾਂ ਫਿਰ ਉੱਥੋਂ ਬੇਮੁਹਾਰੀਆਂ ਹੋ ਕੇ ਇਸ ਇਲਾਕੇ ਵੱਲ ਆ ਗਈਆਂ ਜਿੱਥੇ ਮੁਸਲਮਾਨਾਂ ਦੇ ਘਰ ਸਨ। ਇਕੱਤਰ ਹੁੰਦੀ ਹੁੰਦੀ ਭੀੜ ਉਹਦੀ ਤਾਦਾਦ 5,000 ਤੱਕ ਜਾ ਪਹੁੰਚੀ। ਕਿਸੇ ਕੋਲ ਨੇਜਾ, ਕਿਸੇ ਕੋਲ ਬਰਛੀ, ਕਿਸੇ ਕੋਲ ਟਕਵਾ, ਕਿਸੇ ਕੋਲ ਕਿਰਪਾਨ, ਇਸ ਤਰ੍ਹਾਂ ਦੀ ਹਥਿਆਰਬੰਦ ਭੀੜ ਜਦੋਂ ਇੱਧਰ ਨੂੰ ਉਲਟਦੀ ਵੇਖੀ, ਮੁਸਲਮਾਨ ਆਪਣੀ ਬਸਤੀ ਚੋਂ ਉੱਥੋਂ ਭੱਜ ਨਿਕਲੇ। ਲਾਗਲੇ ਜੋ ਘਰ ਜਾਂ ਜਿੱਥੇ ਵੀ ਉਹਨਾਂ ਨੂੰ ਕਿਤੇ ਸ਼ਰਨ ਪ੍ਰਾਪਤ ਹੋਈ ਉਹ ਉੱਥੇ ਜਾ ਕੇ ਲੁਕ ਗਏ। ਲਾਗੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਨੂੰ ਟੋਈ ਮਿਲੀ ਉਹਨਾਂ ਨੇ ਜਾ ਕੇ ਸਿਰ ਲੁਕਾ ਲਏ। ਪਰ ਉਹ ਜਿਹੜੀ ਭੜਕੀ ਭੀੜ ਸੀਗੀ ਉਹਨੇ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ। 2 ਦਰਜਨ ਦੇ ਕਰੀਬ ਘਰ ਸੜ ਕੇ ਖਾਕ ਹੋ ਗਏ। ਜਿਹੜੀਆਂ ਉਹਨਾਂ ਦੇ ਵਿੱਚ ਚੀਜ਼ਾਂ ਸੀਗੀਆਂ ਜਿੱਦਾਂ ਗੱਡੀਆਂ ਖੜੀਆਂ ਸਨ, ਮੋਟਰਸਾਈਕਲ ਖੜੇ ਸਨ, ਸਕੂਟਰ ਖੜੇ ਸੀਗੇ, ਉਹ ਵੀ ਸਾਰੇ ਖਾਕ ਹੋ ਗਏ। ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਲਗਭਗ 2-3 ਘੰਟਿਆਂ ਬਾਅਦ ਐਕਸ਼ਨ 'ਚ ਆਉਂਦੀ ਹੈ। ਐਕਸ਼ਨ 'ਚ ਜਦੋਂ ਆਉਂਦੀ ਹੈ ਤੇ ਫਿਰ ਉਹ ਉਸ ਭੀੜ ਨਾਲ ਕਲੈਸ਼ ਵੀ ਹੁੰਦਾ। ਕਲੈਸ਼ ਦੇ ਵਿੱਚ 2 ਮੌਤਾਂ, 15-16 ਬੰਦੇ ਜ਼ਖਮੀ ਹੈ। ਹੁਣ ਇਹ ਜਿਹੜਾ ਸਾਰਾ ਕੁਛ ਵਾਪਰਿਆ ਹੈ ਇਹ ਗੁਜਰਾਤ, ਉਸ ਦੇ ਗੁਜਰਾਤ ਦੇ ਵਿੱਚ ਵਾਪਰਿਆ ਜਿਸ ਗੁਜਰਾਤ ਦੇ ਵਿੱਚ ਅੱਗੇ ਇੱਕ ਵਾਰੀ ਬਹੁਤ ਵੱਡੀ ਨੇਰ ਗਿਰਦੀ ਹੈ ਜਿਹੜੀ ਮੁਸਲਮਾਨਾਂ ਤੇ ਵਾਪਰ ਚੁੱਕੀ ਹੈ। ਲੋਕ ਇਸ ਗੱਲੋਂ ਹੁਣ ਤਰਪਕਣ ਡਏ ਆ ਕਿ ਕਿਤੇ ਇਹ ਸਿਆਪਾ ਵਾਧਾ 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 ਅੱਗੇ ਨਾ ਚਲਾ ਜਾਵੇ, ਇੰਨਾ ਅੱਗੇ ਨਾ ਚਲਾ ਜਾਵੇ, ਇਹ ਗੱਲ ਗਾਂਹ ਦੀ ਗਾਂਹ ਹੀ ਹੋ ਜੇ, ਗੱਲ ਜਿਵੇਂ ਕਹਿੰਦੇ ਦੇ ਪੰਜਾਬੀ ਚ ਜਾ ਜਾਂਦਿਆਂ ਦੀ ਚਾਹ ਹੋ ਜਾਵੇ। ਸੋ ਇਹ ਇਸ ਕਰਕੇ ਸ਼ੱਕ ਆ ਕਿਉਂਕਿ ਆਉਣ ਵਾਲੇ ਸਮੇਂ ਚ ਇੱਥੇ ਇਲੈਕਸ਼ਨ ਆ। ਜਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਕਤਾਰਬੰਦੀ ਕੀਤੀ ਗਈ ਵੋਟਰਾਂ ਦੀ, ਹਿੰਦੂ ਸਿੱਖ ਹਿੰਦੂ ਮੁਸਲਮਾਨ ਇੱਥੋਂ ਤੱਕ ਕਿ ਬਿਜਲੀ ਦਾ ਇਹਨਾਂ ਨੇ ਧਰਮੀਕਰਨ ਕਰ ਦਿੱਤਾ, ਸ਼ਮਸ਼ਾਨ ਘਾਟ ਦਾ ਧਰਮੀਕਰਨ ਕਰ ਦਿੱਤਾ, ਵਰਗੀਕਰਨ ਕਰ ਦਿੱਤਾ, ਉਹ ਕਿਤੇ ਇੱਥੇ ਵੀ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਕਰਕੇ ਬਾਹਰਲੇ ਲੋਕ ਵੀ ਚਿੰਤਾ ਦੇ ਵਿੱਚ ਆ ਕਿ ਗੁਜਰਾਤ ਤੇ ਅੱਗੇ ਮਸਾਂ ਬਲਦੀ ਦੇ ਬੂਥਿਓਂ ਨਿਕਲਿਆ ਸੀ, ਨਿਕਲਿਆ ਵੀ ਕਾਹਦਾ, ਹਾਲੇ ਵੀ ਖੌਫ ਹੈ ਜਿਹੜਾ ਉਹ ਉੱਥੋਂ ਦੀ ਘੱਟ ਗਿਣਤੀ ਦੇ ਬਨੇਰਿਆਂ ਤੇ ਨੱਚਦਾ। ਸੋ ਉਹ ਜਿਹੜੇ ਘੱਟ ਗਿਣਤੀ ਵਾਲੇ ਆ ਉਹ ਤੇ ਵੈਸੇ ਪਹਿਲਾਂ ਹੀ ਡਰੇ ਹੋਏ ਆ। ਜੇ ਇਸ ਤਰ੍ਹਾਂ ਦਾ ਮਾਹੌਲ ਹੋਰ ਬਣਦਾ ਕਿਤੇ ਫੇਰ ਤੇ ਬਹੁਤ ਮੁਸ਼ਕਿਲ ਆ। ਲੋਕ ਪਾਸਿਓਂ ਵੀ ਦੇਖ ਕੇ ਡਰਦੇ ਪਏ ਆ ਕਿ ਗੁਜਰਾਤ ਦੇ ਵਿੱਚ ਇਹ ਜਿਹੜੀ ਚੰਗਿਆਰੀ ਭੜਕੀ ਆ ਇਹ ਬੁੱਝ ਜਾਵੇ, ਕਿਤੇ ਇਹ ਨਾ ਹੋਵੇ ਭਾਂਬੜ ਬਣ ਜਾਵੇ ਕਿ ਇਸ ਭਾਂਬੜ ਦੇ ਵਿੱਚ ਬਹੁਤ ਕੁਛ ਜਲ ਕੇ ਜਿਹੜਾ ਰਾਖ ਹੋ ਜਾਵੇ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਆ, ਸਾਰੇ ਇਸੇ ਤੋਂ ਹੀ ਸਾਰਿਆਂ ਨੂੰ ਚਿੰਤਾ ਆ। ਅਤੇ ਅੱਗੇ ਆਪਾਂ ਆਧਾਰ ਕਾਰਡ ਦੀ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਕਲਿਆਣਕਾਰੀ ਯੋਜਨਾਵਾਂ ਲਈ ਨਹੀਂ ਜ਼ਰੂਰੀ ਆਧਾਰ ਕਾਰਡ, ਪਰ ਉੱਧਰ ਆਧਾਰ ਕਾਰਡ ਦੇ ਨਾਲ ਕਈ ਸਕੈਂਡਲ ਵੀ ਬਾਹਰ ਆਏ। ਦੇਖੋ ਆਧਾਰ ਕਾਰਡ ਸੁਪਰੀਮ ਕੋਰਟ ਨੇ 1-2 ਵਾਰੀ ਅੱਗੇ ਵੀ ਰੱਦ ਕੀਤੇ ਆ ਕਿ ਜ਼ਰੂਰੀ ਨਹੀਂ ਕਿ ਹਰੇਕ ਯੋਜਨਾ ਦੇ ਵਿੱਚ ਤੁਸੀਂ ਆਧਾਰ ਕਾਰਡ ਨੂੰ ਸ਼ਾਮਲ ਕਰ ਲਓ। ਮਸਲਨ ਇੱਥੇ ਇੱਕ ਵਾਰੀ ਮਨਮੋਹਨ ਸਿੰਘ ਸਰਕਾਰ ਸੀ ਸ਼ਾਇਦ ਉਸ ਸਮੇਂ, ਇਹਨਾਂ ਨੇ ਸਬਸਿਡੀ ਵਾਸਤੇ ਜਿਹੜੇ ਗੈਸ ਸਿਲੰਡਰਾਂ ਤੇ ਸਬਸਿਡੀ ਦਿੰਦੇ ਆ ਉਹਦੇ ਵਾਸਤੇ ਵੀ ਆਧਾਰ ਕਾਰਡ ਲਾਜ਼ਮੀ ਕਰ ਦਿੱਤੇ ਸਨ। ਮਸਲਾ ਉਦੋਂ ਵੀ ਸੁਪਰੀਮ ਕੋਰਟ ਤੱਕ ਗਿਆ ਸੀ, ਸੁਪਰੀਮ ਕੋਰਟ ਨੇ ਉਦੋਂ ਸਾਫ਼ ਕੀਤਾ ਸੀਗਾ ਕਿ ਆਧਾਰ ਕਾਰਡ ਜ਼ਰੂਰੀ ਨਹੀਂ। ਫਿਰ ਨਰਿੰਦਰ ਮੋਦੀ ਸਰਕਾਰ ਵੇਲੇ ਵੀ ਇਹੋ ਹੀ ਮਸਲਾ ਇਸੇ ਮਸਲੇ 'ਚ ਫਿਰ ਉੱਠਿਆ ਉਭਰਿਆ। ਸੁਪਰੀਮ ਕੋਰਟ ਨੇ ਫਿਰ ਸਾਫ਼ ਕੀਤਾ ਸੀਗਾ ਕਿ ਇਹੋ ਜਿਹੀਆਂ ਲੋਕ ਭਲਾਈ ਯੋਜਨਾਵਾਂ ਲਈ ਆਧਾਰ ਕਾਰਡ ਲਾਜ਼ਮੀ ਨਹੀਂ। ਵਾਰ ਵਾਰ ਸੁਪਰੀਮ ਕੋਰਟ ਨੇ ਸਾਫ਼ ਕੀਤਾ, ਐਕਸਪਲੇਨ ਕੀਤਾ, ਪਰ ਬਾਵਜੂਦ ਇਸ 'ਤੇ ਹਮੇਸ਼ਾ ਤੋਂ ਜਦੋਂ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਇਹ ਜਿਹੜੇ ਆਧਾਰ ਕਾਰਡ ਹੈ ਉਹ ਵੱਖ ਵੱਖ ਸਕੀਮਾਂ 'ਚ ਲਾਗੂ ਕਰ ਦਿੱਤੇ ਜਾਂਦੇ ਆ। ਤੁਹਾਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਹੋਵੇ, ਸਰੋਤਿਆਂ ਨੂੰ ਵੀ ਮੈਂ ਦੱਸ ਦੇਵਾਂ, ਸਾਡੇ ਪੰਜਾਬ ਦੇ ਵਿੱਚ ਕੁਛ ਸਮਾਂ ਪਹਿਲਾਂ ਇਲੈਕਸ਼ਨਾਂ ਤੋਂ ਕੁਛ ਸਮਾਂ ਪਹਿਲਾਂ, ਮੇਰੇ ਖਿਆਲ ਦੇ ਨਾਲ 2014-15 ਦੀ ਗੱਲ ਆ, ਇੱਥੇ ਆਧਾਰ ਕਾਰਡ ਨੂੰ ਵੋਟ ਦੇ ਨਾਲ, ਵੋਟਰ ਕਾਰਡ ਜਿਹਨੂੰ ਕਹਿ ਦਿੰਦੇ ਆਪਾਂ, ਆਧਾਰ ਕਾਰਡ ਨੂੰ ਵੋਟ ਦੇ ਨਾਲ ਜੋੜਿਆ ਗਿਆ ਸੀ। ਤੇ ਕਮਾਲ ਦੀ ਗੱਲ ਆ ਕਿ 7.5 ਲੱਖ ਫਰਜ਼ੀ ਵੋਟ ਨਿਕਲੀ ਸੀ ਸਾਡੇ ਪੰਜਾਬ 'ਚ, ਹਾਲੇ ਕਿ ਮੇਰੇ ਖਿਆਲ ਦੇ ਨਾਲ 90-ਕੁ ਲੱਖ ਜਿਹੜੇ ਕਾਰਡ ਸੀਗੇ ਉਹ ਅਟੈਚ ਕੀਤੇ ਗਏ ਸਨ ਇੱਕ ਦੂਜੇ ਨਾਲ। ਉਦੋਂ ਵੀ ਸੁਪਰੀਮ ਕੋਰਟ ਨੇ ਸਟੇਅ ਕਰ ਦਿੱਤਾ ਸੀ। ਜੇ ਉਹ ਸਾਰੀਆਂ ਵੋਟਾਂ ਜਿਹੜੀਆਂ ਆਧਾਰ ਕਾਰਡ ਦੇ ਨਾਲ ਅਟੈਚ ਹੋ ਜਾਂਦੀਆਂ, ਆਧਾਰ ਕਾਰਡ ਦੇ ਨਾਲ ਲਿੰਕ ਹੋ ਜਾਂਦੀਆਂ, ਤੇ ਬਹੁਤ ਵੱਡਾ ਅੰਕੜਾ ਨਿਕਲਣਾ ਸੀ, ਬਹੁਤ ਵੱਡਾ ਹੇਰਫੇਰ ਨਿਕਲਣਾ ਸੀ ਕਿ ਇੰਨੀਆਂ ਵੋਟਾਂ ਆਖਰ ਜਾਲੀ ਬਣੀਆਂ ਤੇ ਬਣੀਆਂ ਕਿਵੇਂ।
ਇਸੇ ਤਰ੍ਹਾਂ ਹੁਣ ਪਿੱਛੇ ਜੇ ਨਰਿੰਦਰ ਮੋਦੀ ਨੇ ਇੱਕ ਸਕੀਮ ਜਿਹਨੂੰ ਮਿਡ ਡੇ ਮੀਲ ਕਹਿ ਦਿੰਦੇ ਆ, ਉਹਦੇ ਵਿੱਚ ਵੀ ਇਹ ਲਾਜ਼ਮੀ ਕਰਾਰ ਦੇ ਦਿੱਤਾ ਕਿ ਭਾਈ ਆਧਾਰ ਕਾਰਡ ਜਿਹੜਾ ਬੱਚਿਆਂ ਦਾ ਜ਼ਰੂਰੀ ਹੋਏਗਾ। ਆਧਾਰ ਕਾਰਡ ਜਦੋਂ ਇਸ ਸਕੀਮ ਨਾਲ ਜੋੜਿਆ ਗਿਆ ਉਹ ਸਿਰਫ 3 ਰਾਜਾਂ ਦੇ ਵਿੱਚ ਮੁਕੰਮਲ ਹੋਇਆ ਮੇਰੇ ਖਿਆਲ ਦੇ ਨਾਲ, ਉਹਦੇ ਚ ਇੱਕ ਆਂਧਰਾ ਪ੍ਰਦੇਸ਼ ਸੀ, ਦੂਜਾ ਝਾਰਖੰਡ ਸਟੇਟ ਸੀ ਤੇ ਤੀਜਾ ਮਣੀਪੁਰ। ਇਹਨਾਂ 3 ਸਟੇਟਾਂ ਦੇ ਵਿੱਚ ਹੀ 440,000 ਜਿਹੜੇ ਬੱਚੇ ਸਨ ਉਹ ਕਾਗਜ਼ੀ ਯਾਨੀ ਫਰਜ਼ੀ ਸਨ। 440,000 ਬੱਚਿਆਂ ਦੀ ਜਿਹੜੀ ਮਿਡ ਡੇ ਮੀਲ ਆ ਉਹ ਮਲਾਈ ਦੇ ਰੂਪ ਚ ਛਕੀ ਜਾ ਰਹੀ ਸੀਗੀ। ਉਹ 3 ਸਟੇਟਾਂ ਦੇ ਵਿੱਚੋਂ ਹੀ 440,000 ਫਰਜ਼ੀ ਬੱਚਾ ਜਿਹੜਾ 440,000 ਵਿਦਿਆਰਥੀ ਕਹਿ ਲਓ ਫਰਜ਼ੀ ਪਾਇਆ ਗਿਆ। ਜੇ ਇਹ ਸਾਰੇ ਦੇਸ਼ ਦਾ ਅੰਕੜਾ ਚੁੱਕ ਲਈਏ, ਹਾਲਾਂਕਿ ਇਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਸੀ ਬਾਅਦ ਦੇ ਵਿੱਚ, ਜਿਵੇਂ ਅੱਜ ਇਹਨਾਂ ਨੇ ਸਾਫ਼ ਕੀਤਾ ਕਿ ਕਲਿਆਣਕਾਰੀ ਯੋਜਨਾ ਵਾਲੇ ਆਧਾਰ ਕਾਰਡ ਜ਼ਰੂਰੀ ਨੇ, ਪਰ ਬਾਵਜੂਦ ਇਸ ਦੇ HRD ਮਿਨਿਸਟਰੀ ਆ ਜਿਹੜੀ ਇੱਥੋਂ ਦੀ ਉਹ ਕਹਿੰਦੀ ਹੈ ਕਿ ਅਸੀਂ ਇਹ ਅੰਦਾਜ਼ਾ ਲਾਇਆ ਮੋਟੇ ਤੌਰ ਤੇ ਜਿੰਨਾ ਵੀ ਸਾਥੋਂ ਡਾਟਾ ਕਲੈਕਟ ਹੋਇਆ ਉਹਦੇ ਵਿੱਚ ਇਹ ਹੈ ਕਿ ਇਸ ਸਮੇਂ ਭਾਰਤ ਦੇ ਅੰਦਰ 11,50,000 ਸਕੂਲ ਆ ਤੇ ਇਹਦੇ ਵਿੱਚ 13,16,00,000 ਵਿਦਿਆਰਥੀ ਨੇ। ਉਹ ਕਹਿੰਦੇ ਕਿ ਜਿਹੜਾ 2015-16 ਦਾ ਫੂਡ ਗਿਆ ਮਿਡ ਡੇ ਮੀਲ ਦੇ ਅਧੀਨ ਉਹ ਸਿਰਫ 10,03,00,000 ਵਿਦਿਆਰਥੀਆਂ ਤੱਕ ਗਿਆ, ਯਾਨੀ ਇਹਦਾ ਮਤਲਬ ਹੈ ਕਿ 3,13,00,000 ਵਿਦਿਆਰਥੀ ਹੈ ਜਿਹੜਾ ਉਹ ਫਰਜ਼ੀ ਸੀ। ਸਾਰੇ ਦੇਸ਼ ਦਾ ਜੇ ਅੰਕੜਾ ਸਾਰਾ ਹੀ ਲਿੰਕ ਹੋ ਜਾਂਦਾ ਆਧਾਰ ਕਾਰਡ ਦੇ ਨਾਲ, ਮੇਰੇ ਖਿਆਲ ਦੇ ਨਾਲ ਹੋਰ ਵੀ ਅੱਗੇ ਇਹ ਜਿਹੜੇ ਫਰਜ਼ੀ ਅੰਕੜੇ ਸੀਗੇ, ਜਿਹੜੇ ਫਰਜ਼ੀ ਜਿਹੜੇ ਵਿਦਿਆਰਥੀਆਂ ਵਾਲੇ ਅੰਕੜੇ ਸੀ ਵੱਧ ਜਾਣੇ ਸੀਗੇ। ਪਰ ਇੱਥੇ ਇੱਕ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜੇ ਆਧਾਰ ਕਾਰਡ ਇਸ ਤਰੀਕੇ ਨਾਲ ਕੰਮ ਕਰਦਾ ਪਿਆ ਉਹਦਾ ਇੰਨਾ ਕੋ ਪ੍ਰਭਾਵ ਚੰਗਾ ਕਿ ਵੱਖ ਵੱਖ ਸਕੈਂਡਲ, ਜਿਵੇਂ ਮੈਂ ਇੱਕ ਤੁਹਾਨੂੰ ਉਦਾਹਰਨ ਦਿੱਤੀ ਹੈ ਕਿ ਇੱਥੇ ਨਕਲੀ ਵੋਟਾਂ ਫੜੀਆਂ ਗਈਆਂ ਔਰ ਅੱਧ ਚ ਰੋਕ ਦਿੱਤਾ ਗਿਆ ਕੰਮ, ਪਤਾ ਨੀ ਹੁਣ ਰੁਕਵਾਇਆ ਗਿਆ ਰੋਕਿਆ ਗਿਆ ਉਹ ਤੇ ਕਹਾਣੀ ਵੱਖਰੀ ਹੈ, ਪਰ ਜੇ ਉਹ ਮੁਕੰਮਲ ਹੋ ਲਿਆ ਜਾਂਦਾ ਇੱਥੇ ਪੰਜਾਬ ਦੇ ਵਿੱਚ ਵੀ ਫਰਜ਼ੀ ਵੋਟਾਂ ਦਾ ਜਿਹੜਾ ਸਕੈਂਡਲ ਨਿਕਲਣਾ ਸੀ। ਦੂਜੇ ਪਾਸੇ ਜੇ ਆ ਹੁਣ ਮਿਡ ਡੇ ਮੀਲ ਦਾ ਮੈਂ ਜਿਹੜਾ ਤੁਹਾਨੂੰ ਅੰਕੜਾ ਦਿੱਤਾ ਕਿ ਇਹ ਬਹੁਤ ਵੱਡੇ ਪੱਧਰ ਤੇ ਚਲੇ ਜਾਣਾ ਸੀ ਜੇ ਇਹ ਸਾਰਾ ਕੁਛ ਜਿਹੜਾ ਮੁਕੰਮਲ ਤੌਰ ਤੇ ਹੋ ਜਾਂਦਾ। ਸੋ ਇਹ ਵੀ ਇੱਕ ਸੋਚਣਾ ਪਵੇਗਾ ਸੁਪਰੀਮ ਕੋਰਟ ਨੂੰ ਕਿ ਜੇ ਆਧਾਰ ਕਾਰਡ ਇੰਨਾ ਚੰਗਾ ਕਰਦਾ ਪਿਆ, ਜੇ ਆਧਾਰ ਕਾਰਡ ਇਸ ਤਰ੍ਹਾਂ ਦੇ ਲੁਕੀ ਛਿਪੇ ਘੁਟਾਲੇ ਜਿਹੜੇ ਉਜਾਗਰ ਕਰਦਾ ਪਿਆ, ਮੇਰੇ ਖਿਆਲ ਦੇ ਨਾਲ ਤਾਂ ਫਿਰ ਜਿਹੜੀਆਂ ਲੋਕ ਕਲਿਆਣਕਾਰੀ ਯੋਜਨਾਵਾਂ ਨੇ ਜੇ ਉਹਨਾਂ ਦੇ ਵਿੱਚ ਲੋਕ ਭਲਾਈ ਸਕੀਮਾਂ ਚ ਲਾਗੂ ਕਰ ਦਿੱਤਾ ਜਾਂਦਾ ਤੇ ਕੋਈ ਬੁਰਾਈ ਨਹੀਂ, ਕਿਉਂਕਿ ਇਹਦੇ ਨਾਲ ਥੋੜੀ ਜਿਹੀ ਪਾਰਦਰਸ਼ਤਾ, ਹਾਂ ਪੂਰੀ ਤੇ ਨਹੀਂ ਪਰ ਬਹੁਤ ਹੱਦ ਤੱਕ ਥੋੜੀ ਬਹੁਤੀ ਪਾਰਦਰਸ਼ਤਾ ਦੀ ਉਮੀਦ ਕੀਤੀ ਜਾ ਸਕਦੀ। ਬਹੁਤ ਸਾਰੇ ਸਕੈਮ, ਬਹੁਤ ਸਾਰੇ ਸਕੈਂਡਲ ਹੈ ਜਿਹੜੇ ਉਹ ਫੜੇ ਜਾ ਸਕਦੇ ਆ। ਸੋ ਇਸ ਬਾਬਤ ਚਰਚਾ ਜਿਹੜੀ ਹੋਣੀ ਚਾਹੀਦੀ ਹੈ ਲੋਕ ਭਲਾਈ ਸਕੀਮਾਂ ਲਈ, ਕਿਉਂਕਿ ਆਧਾਰ ਕਾਰਡ ਤੇ ਹੁਣ ਇਹਨਾਂ ਨੇ ਲਾਜ਼ਮੀ ਕੀਤਾ, ਜੰਮਦੇ ਬੱਚੇ ਦੇ ਲਈ ਆਧਾਰ ਕਾਰਡ ਇਹਨਾਂ ਨੇ ਲਾਜ਼ਮੀ ਕਰ ਦਿੱਤਾ ਕਿ ਜਿੱਥੇ ਮਰਜ਼ੀ ਬੱਚਾ ਸਕੂਲ 'ਚ ਜਾਏਗਾ ਉਹਦੀ ਆਧਾਰ ਕਾਰਡ ਦੇ ਆਧਾਰ ਤੇ ਐਡਮਿਸ਼ਨ ਹੋਏਗੀ। ਜਦੋਂ ਸਾਰਾ ਕੁਛ ਆਧਾਰ ਕਾਰਡ ਤੇ ਬੇਸਡ ਹੈ ਤੇ ਫਿਰ ਆਧਾਰ ਕਾਰਡ ਨੂੰ ਕਲਿਆਣਕਾਰੀ ਯੋਜਨਾਵਾਂ ਲਈ ਕਿਉਂ ਨਹੀਂ ਲਿੰਕ ਕੀਤਾ ਜਾਂਦਾ, ਇਹ ਸਭ ਤੋਂ ਵੱਡਾ ਸਵਾਲ ਹੈ। ਮੇਰੇ ਖਿਆਲ ਦੇ ਨਾਲ ਇਸ ਗੱਲ ਤੇ ਦੁਬਾਰਾ ਸੋਚ ਵਿਚਾਰ ਲੈਣਾ ਚਾਹੀਦਾ ਕਿ ਆਧਾਰ ਕਾਰਡ ਦੇ ਨਾਲ ਬਹੁਤ ਕੁਛ ਲਿਖਿਆ ਲੁਕਿਆ ਛਿਪਿਆ ਜਿਹੜਾ ਉਹ ਸਾਹਮਣੇ ਆ ਰਿਹਾ। ਜੀ ਜੀ ਬਿਲਕੁਲ, ਸਕੈਂਡਲਾਂ ਦੀ ਗੱਲ ਕੀਤੀ ਹੈ, ਇੱਥੇ ਤਾਂ ਸਕੈਂਡਲ ਹੀ ਸਕੈਂਡਲ ਆ, ਹੋਰ ਸਹੀ ਕੰਮ ਹੈ ਜਿਹੜਾ ਉਹ ਬੜੀ ਗਿਣਤੀ ਮਿਣਤੀ ਦੇ ਅੱਗੇ। ਆਪਾਂ SIT ਦੀ ਗੱਲ ਕਰੀਏ, ਉਹਨਾਂ ਨੇ ਅਦਾਲਤ ਨੂੰ ਕਿਹਾ ਕਿ ਰਾਸੀ ਆਗੂਆਂ ਨਾਲ ਨਹੀਂ ਸਨ ਸਮਗਲਰਾਂ ਦੇ ਸੰਬੰਧ। ਮੈਨੂੰ ਲੱਗਦਾ ਇਸ ਮਾਮਲੇ 'ਚ ਵੀ ਲੋਕਾਂ ਦੀ ਉਮੀਦ ਦੇ ਅੰਬ ਨੂੰ ਅੱਗ ਹੀ ਲੱਗਣੇ ਅਖੀਰ ਤੇ ਜਾ ਕੇ, ਪੱਲੇ ਕੁਛ ਵੀ ਨਹੀਂ ਪੈਣਾ, ਪਿੜ ਪੱਲੇ ਕੁਛ ਨਹੀਂ ਪੈਣਾ। ਇਹ ਜਦੋਂ ਡਰੱਗ ਰੈਕਟ ਦਾ ਖੁਲਾਸਾ ਹੋਇਆ ਸੀਗਾ, ਹਰਦਿਆਲ ਸਿੰਘ ਮਾਨ ਨੇ ਜਦੋਂ ਸਾਰਾ ਕੁਛ ਕੀਤਾ ਸੀ ਉਦੋਂ ਕਹਿੰਦੇ ਸਨ ਕਿ ਜੀ ਇਹ 60,000 ਕਰੋੜ ਦਾ, ਫਲਾਣੇ 1,000 ਕਰੋੜ ਦਾ, ਇਹ ਫਿਰ ਘਟਦਾ 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 ਕਿੱਥੇ ਆ ਗਿਆ। ਆਖਿਰ ਜੀ ਉਸ ਸਮੇਂ ਪੁਲਿਸ ਨੇ ਜਿਹੜੀ ਇਹਦੀ ਬਾਜ਼ਾਰੀ ਕੀਮਤ ਸੀਗੀ ਉਹ ਸਹੀ ਨਹੀਂ ਸੀ ਅੰਕੀ, ਘਟਦਾ 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 ਉਹ ਫਿਰ ਹੌਲੀ 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 ਹੌਲਾ ਹੀ ਹੋ ਗਿਆ। ਹੁਣ ਜਿਹੜੀ SIT ਨੇ ਰਿਪੋਰਟ ਦਾਖਲ ਕੀਤੀ ਹੈ ਉਹਨੇ ਤੇ ਬਿਲਕੁਲ ਹਵਾ ਹੀ ਕੱਢ ਦਿੱਤੀ, ਫੂਕ ਹੀ ਕੱਢ ਦਿੱਤੀ ਇਸ ਕੇਸ ਨੂੰ। ਦਰਅਸਲ ਜਿਸ ਦਿਨ ਆ ਨਵੀਂ ਸਰਕਾਰ ਸਾਡੀ ਜਿਹੜੀ ਕਹਿੰਦੀ ਹੈ ਕਿ 4 ਹਫ਼ਤਿਆਂ 'ਚ ਅਸੀਂ ਨਸ਼ਾ ਖਤਮ ਕਰ ਦੇਣਾ, ਜਿਸ ਦਿਨ ਇਹ ਸਹੁੰ ਚੁੱਕਣ ਡਈ ਸੀ ਠੀਕ ਉਸੇ ਸਮੇਂ SIT ਨੇ ਇੱਕ ਰਿਪੋਰਟ ਅਦਾਲਤ ਦੇ ਵਿੱਚ ਐਡਮਿਟ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਸਾਫ਼ ਤੌਰ 'ਤੇ ਇਹ ਕਹਿ ਦਿੱਤਾ ਗਿਆ ਜੀ ਕਿ ਕਿਸੇ ਵੀ ਰਾਜਸੀ ਆਗੂ ਦੀ ਇਸ ਕੇਸ ਦੇ ਵਿੱਚ ਸ਼ਮੂਲੀਅਤ ਨਜ਼ਰ ਨਹੀਂ ਆਉਂਦੀ। ਇਹ SIT ਨੇ ਲਿਖਤੀ ਰੂਪ ਦੇ ਵਿੱਚ 1700 ਪੰਨਿਆਂ ਦੀ ਮੇਰੇ ਖਿਆਲ ਦੇ ਨਾਲ ਰਿਪੋਰਟ ਆ ਉਹ ਜਿਹੜੀ ਦਾਖਲ ਕੀਤੀ ਆ। ਸੋ ਇਹਦੇ ਆਧਾਰ ਤੇ ਕਿਹਾ ਜਾ ਸਕਦਾ ਕਿ ਜਿਹੜੇ ਉਹ ਅੱਗੇ ਦਾਅਵੇ ਕੀਤੇ ਜਾਂਦੇ ਸਨ ਕਿ ਫਲਾਣੇ ਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਫਲਾਣੇ ਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਉਹ ਮੇਰੇ ਖਿਆਲ ਦੇ ਨਾਲ ਦਾਅਵਿਆਂ ਦੇ ਮਿਰਜੇ ਦੀ ਤੇ ਸਰੰਗੀ ਟੁੱਟ ਗਈ ਹੈ। ਉਹ ਤੇ ਨਹੀਂ ਹੋ ਸਕਦਾ ਕਿਉਂਕਿ SIT ਨੇ ਖੁਦ ਜਾ ਕੇ
ਇਹ ਗੱਲ ਐਡਮਿਟ ਕਰਦੀ ਹੈ ਕਿ ਕਿਸੇ ਵੀ ਰਾਜਸੀ ਆਗੂ ਦਾ ਇਸ ਕੇਸ ਦੇ ਨਾਲ ਕੋਈ ਲਿੰਕ ਨਹੀਂ। ਇਹਦਾ ਮਤਲਬ ਹੈ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਉਹ ਆਪਣੀ ਮੁੱਛ ਨੂੰ ਤਾਂ ਦੇ ਸਕਦਾ, ਜਿਵੇਂ ਅੱਗੇ ਉਹਨੇ ਅਦਾਲਤ ਦੇ ਬਾਹਰ ਇੱਕ ਵਾਰੀ ਦਿੱਤਾ ਸੀ, ਉਹ ਮੁੱਛ ਨੂੰ ਹੁਰਕੁੰਡੀ ਕਰ ਸਕਦਾ ਤਾਂ ਦੇਖੋ ਜੀ ਮੈਂ ਤਾਂ ਵਿਦਾ ਗਿਆ। ਤੇ ਅੱਗੇ ਕਹਿੰਦਾ ਹੁੰਦਾ ਸੀ ਕਿ ਇਹ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇੱਕ ਦਿਨ ਆਪਦੇ ਮੂੰਹ ਤੇ ਆਪ ਹੀ ਚਪੇੜਾ ਮਾਰਿਆ ਕਰਨਗੇ। ਪਤਾ ਨੀ ਉਹਨੂੰ ਪਹਿਲਾਂ ਪਤਾ ਸੀਗਾ ਜਾਂ ਕਿਸੇ ਜੋਤਸ਼ੀ ਨੇ ਦੱਸਿਆ ਸੀ, ਕਿਸੇ ਪਹੁੰਚੇ ਸਿਆਣੇ ਨੇ ਦੱਸਿਆ ਸੀਗਾ। ਦੂਜੇ ਪਾਸੇ ਜੇ ਗੱਲ ਕਰੀਏ, ਐਸ ਆਈ ਟੀ ਨੇ ਜਿਹੜੀ ਰਿਪੋਰਟ ਦਾਖਲ ਕੀਤੀ ਹੈ, ਇਹ ਐਸ ਆਈ ਟੀ ਆਖਰ ਬਣਾਈ ਕਿਵੇਂ? ਇਹ ਵੀ ਬੜਾ ਦਿਲਚਸਪ ਮਾਜ਼ਰਾ ਹੈ। ਅਸਲ ਦੇ ਵਿੱਚ ਇਸ ਕੇਸ ਦੇ ਜਿਹੜੇ ਮੁਲਜ਼ਮ ਸਨ ਭੋਲੇ ਹੋਰੀ, ਉਹਨਾਂ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਸੀਬੀਆਈ ਤੋਂ ਕਰਵਾਈ ਜਾਵੇ। ਹਾਈਕੋਰਟ ਨੇ ਆਖਿਆ ਸੀ ਅਸੀਂ ਤੁਹਾਡੇ ਆਖੇ ਇਨਕੁਆਇਰੀ ਹੈ ਜਿਹੜੀ ਸੀਬੀਆਈ ਨੂੰ ਨਹੀਂ ਦੇ ਸਕਦੇ, ਪਰ ਹਾਂ ਇੰਨਾ ਜ਼ਰੂਰ ਕਰ ਸਕਦੇ ਕਿ ਤੁਸੀਂ ਆਪਣਾ ਪੱਖ ਹੈ ਜਿਹੜਾ ਉਹ ਰੱਖਣਾ, ਤੁਸੀਂ ਆਪਣੀ ਜਿਹੜੀ ਤਸੱਲੀ ਕਰਨੀ ਹੈ। ਅਸੀਂ ਇੱਕ ਐਸ ਆਈ ਟੀ ਬਣਾ ਦਿੰਦੇ ਹਾਂ ਜੋ ਇਸ ਮਾਮਲੇ ਦੀ ਦੁਬਾਰਾ ਜਾਂਚ ਕਰੇਗੀ। ਫਿਰ ਹਾਈਕੋਰਟ ਦੇ ਹੁਕਮਾਂ ਤੇ ਐਸ ਆਈ ਟੀ ਬਣੀ। ਐਸ ਆਈ ਟੀ ਕੋਈ ਕੁਰੇਸ਼ੀਆ ਦੇ ਵਿੱਚੋਂ ਤੇ ਆਈ ਨਹੀਂ ਸੀ, ਇੱਥੋਂ ਦੇ ਹੀ ਮੁਲਾਜ਼ਮ ਸੀਗੇ, ਪੰਜਾਬ ਪੁਲਿਸ ਦੇ ਅਫਸਰ ਸੀ, ਜਿਹਨਾਂ ਦੇ ਆਧਾਰ ਤੇ ਇਹ ਐਸ ਆਈ ਟੀ ਬਣੀ। ਐਸ ਆਈ ਟੀ ਨੇ ਕੱਲੀ ਇਹ ਰਿਪੋਰਟ ਨਹੀਂ ਦਾਖਲ ਕੀਤੀ, ਕਿਉਂਕਿ ਭੀੜਾ ਜਿਹੜੀ ਇੱਥੇ ਸਾਡੇ ਇੱਥੇ ਖਬਰਾਂ ਦੀ ਬਹੁਤ ਵੱਡੀ ਭੀੜ ਆ, ਖਬਰਾਂ ਦੀਆਂ ਭੀੜਾਂ ਹੀ ਕਹਿ ਲਈਏ, ਉਹਨਾਂ ਭੀੜਾਂ ਦੇ ਵਿੱਚ ਉਸ ਭੀੜ ਦੇ ਵਿੱਚ ਸੱਚ ਕਿਤੇ ਨਾ ਕਿਤੇ ਜਿਹੜਾ ਉਹ ਗਵਾਚ ਜਾਂਦਾ ਹੈ। ਇਸ ਤੋਂ ਪਹਿਲਾਂ ਐਸ ਆਈ ਟੀ ਨੇ 11 ਜਨਵਰੀ ਨੂੰ ਇੱਕ ਰਿਪੋਰਟ ਦਾਖਲ ਕੀਤੀ ਫਤਿਹਗੜ੍ਹ ਸਾਹਿਬ ਅਦਾਲਤ ਚ। ਉਹਦੇ ਚ ਬੜੇ ਦਿਲਚਸਪ ਤੱਥ ਦਿੱਤੇ ਗਏ ਸਨ। ਉਹਦੇ ਚ ਇਹ ਕਿਹਾ ਸੀਗਾ ਕਿ ਜਗਦੀਸ਼ ਭੋਲੇ ਦੇ ਖਿਲਾਫ ਪ੍ਰਾਪਤ ਸਬੂਤ ਨਹੀਂ ਇਸ ਕੇਸ ਦੇ ਵਿੱਚ, ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਉੱਥੇ ਵੀ ਜਗਦੀਸ਼ ਭੋਲੇ ਨੂੰ ਕਲੀਨ ਚਿੱਟ ਦਿੱਤੀ ਗਈ, ਜਿਹਦੀ ਬਣਾ ਤੇ ਉਹ ਅੱਗੇ ਜਾ ਕੇ ਇੱਕ ਕੇਸ ਹੋਰ ਦੇ ਵਿੱਚੋਂ ਬਰੀ ਹੋ ਸਕਦਾ। ਦੂਜੀ ਗੱਲ ਜਿਹੜੀ ਉੱਥੇ ਬੜੀ ਦਿਲਚਸਪ ਕੀਤੀ ਇਹਨਾਂ ਨੇ ਇਹ ਕੀਤੀ ਕਿ ਜਿਹੜੇ ਪ੍ਰਵਾਸੀ ਸਨ ਤਿੰਨ, ਸੱਤਾ, ਇੰਦੀ ਤੇ ਲਾਡੀ, ਉਹਨਾਂ ਦਾ ਕਿਤੇ ਜ਼ਿਕਰ ਹੀ ਨਹੀਂ ਕੀਤਾ ਇਨਵੈਸਟੀਗੇਸ਼ਨ ਦੇ ਵਿੱਚ। ਹੁਣ ਜਿਨ੍ਹਾਂ ਦੇ ਕਰਕੇ ਲਿੰਕ ਕੀਤਾ ਜਾਂਦਾ ਸੀ ਬਿਕਰਮਜੀਤ ਮਜੀਠੀਆ ਨੂੰ, ਜਦੋਂ ਉਹ ਐਸ ਆਈ ਟੀ ਦੀ ਰਿਪੋਰਟ ਦੇ ਵਿੱਚ ਮੈਂਸ਼ਨ ਹੀ ਹੈ ਨਹੀਂ, ਤੇ ਫਿਰ ਬਿਕਰਮਜੀਤ ਮਜੀਠੀਆ ਤੇ ਉਦੋਂ ਵੀ ਮੁੱਛ ਨੂੰ ਵੋਟ ਦੇ ਸਕਦਾ ਸੀ, ਕਿਉਂਕਿ ਉਸ ਰਿਪੋਰਟ ਦੇ ਵਿੱਚ ਵੀ ਉਹਨੂੰ ਬੇਦਾਗ ਐਲਾਨਿਆ ਗਿਆ, ਉਹਨੂੰ ਇਸ ਕੇਸ ਤੋਂ ਬਾਹਰ ਰੱਖਿਆ ਗਿਆ। ਸੋ ਐਸ ਆਈ ਟੀ ਦੀਆਂ ਜਿਹੜੀਆਂ ਦੋ ਰਿਪੋਰਟਾਂ ਐਨ ਪਹਿਲਾਂ ਆਈਆਂ ਨੇ ਇਲੈਕਸ਼ਨ ਤੇ ਇਲੈਕਸ਼ਨ ਦੇ ਨਤੀਜੇ ਤੋਂ, ਕਹਿ ਲਈਏ ਕਿ ਇਲੈਕਸ਼ਨ ਦੇ ਨਤੀਜੇ ਤੋਂ ਜਾਂ ਸਰਕਾਰ ਬਣਨ ਤੋਂ ਪਹਿਲਾਂ ਆਈਆਂ ਨੇ, ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਨੇ ਸਭ ਕੁਛ ਹੈ ਜਿਹੜਾ ਵਿਰੋਧਮੰਦ ਤਰੀਕੇ ਨਾਲ ਪਹਿਲਾਂ ਪ੍ਰਬੰਧ ਕੀਤਾ ਸੀਗਾ ਕਿ ਇਸ ਸੂਰਤ ਦੇ ਵਿੱਚ ਅਸੀਂ ਆਹ ਕਰਨਾ, ਇਸ ਸੂਰਤ ਦੇ ਵਿੱਚ ਅਸੀਂ ਆਹ ਕਰਨਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਸ ਕੇਸ ਦੇ ਵਿੱਚ ਜਿਹੜੀ ਐਸ ਆਈ ਟੀ ਬਣਾਈ ਗਈ ਸੀ ਕਿ ਇਹ ਐਸ ਆਈ ਟੀ ਇਸ ਕੇਸ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੂ, ਉਹਨੇ ਮੇਰੇ ਖਿਆਲ ਦੇ ਨਾਲ ਦੁੱਧ ਦਾ ਦੁੱਧ ਤਾਂ ਨਹੀਂ ਕੀਤਾ, ਪਰ ਪਾਣੀ ਦਾ ਪਾਣੀ ਜ਼ਰੂਰ ਕਰਤਾ। ਬਿਲਕੁਲ ਜੀ, ਉਹਨਾਂ ਨੇ ਫਿਗਰ ਆਊਟ ਕੀਤਾ ਸੀ ਕਿ ਅਸੀਂ ਬਚਣਾ ਕਿਸ ਤਰ੍ਹਾਂ ਆ। ਅਤੇ ਅੱਗੇ ਆਪਾਂ ਅੱਗੇ ਗੱਲ ਕਰਦੇ ਹਾਂ, ਕੈਪਟਨ ਸਰਕਾਰ ਵਿੱਚ ਵੀ ਗੁਰਬਾਣੀ ਦੀ ਬੇਅਦਬੀ ਹੋਈ ਪਰ ਇੱਕ ਵਿਅਕਤੀ ਪੁਲਿਸ ਨੇ ਫੜਿਆ। ਦੇਖੋ ਜੀ, ਇਹ ਕਹਿੰਦੇ ਸਨ ਕਿ ਜੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਧਰੁਵੀਕਰਨ ਕਰਦਾ ਵੋਟਾਂ ਦਾ, ਧਰਮ ਆਧਾਰ ਕਤਾਰਬੰਦੀ ਕਰਦਾ, ਬੜੇ ਇਲਜ਼ਾਮ ਲਾਏ ਸਨ ਕੈਪਟਨ ਨੇ ਸਰਕਾਰ ਚ ਆਉਣ ਤੋਂ ਪਹਿਲਾਂ। ਇਹ ਵੀ ਦਾਅਵਾ ਕੀਤਾ ਸੀਗਾ ਕਿ ਅਸੀਂ ਆਉਂਦੀ ਸੱਤੇ ਬਰਗਾੜੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਸੁੱਟ ਦਿਆਂਗੇ, ਕਰ ਦਿਆਂਗੇ, ਯੋ ਕਰ ਦਿਆਂਗੇ। ਇਹਨਾਂ ਨੂੰ ਅੱਜ ਲੋਕ ਪੁੱਛਦੇ ਆ, ਚਲੋ ਦੂਜੀਆਂ ਗੱਲਾਂ ਤੇ ਛੱਡੋ, ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਹੀ ਵਿਖਾ ਦਿਓ, ਉਹ ਕਿੱਥੇ ਆ? ਤੁਸੀਂ ਬਾਦਲ ਸਰਕਾਰ ਤੇ ਬਹੁਤ ਪ੍ਰੈਸ਼ਰ ਪਾਉਂਦੇ ਸੀ, ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਿਆਓ ਜੀ, ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਿਆ ਲਓ। ਹੁਣ ਤੇ ਰਿਪੋਰਟ ਜਿੱਥੇ ਪਈ ਹੈ ਉਸ ਅਲਮਾਰੀ ਦੀ ਚਾਬੀ ਤੁਹਾਡੇ ਕੋਲ ਆ, ਹੁਣੇ ਉਹ ਤਾਲਾ ਖੋਲ ਦਿਓ, ਹੁਣੇ ਖੋਲ ਕੇ ਲੋਕਾਂ ਨੂੰ ਸੱਚ ਦੱਸ ਦਿਓ ਉਸ ਰਿਪੋਰਟ ਦੇ ਵਿੱਚ ਕੀ ਹੈ। ਨਾ ਉਸ ਰਿਪੋਰਟ ਦਾ ਜ਼ਿਕਰ ਕਰਦੇ ਪਏ ਆ, ਨਾ ਬਰਗਾੜੀ ਦਾ ਇਹ ਕਦੇ ਨਾਂ ਲੈਂਦੇ ਆ, ਜਦਕਿ ਕੈਪਟਨ ਅਮਰਿੰਦਰ ਸਿੰਘ ਹਰੇਕ ਸਭਾ ਦੇ ਵਿੱਚ, ਹਰੇਕ ਰੈਲੀ ਦੇ ਵਿੱਚ ਸ਼ੁਰੂਆਤ ਹੀ ਬੇਅਦਬੀ ਤੋਂ ਕਰਦਾ ਸੀ ਕਿ ਸਾਡੇ ਦੇਖੋ ਜੀ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸਾਡੇ ਕਿਸਾਨ ਮਰ ਰਿਹਾ ਸੀ। ਦੂਜਾ ਨੰਬਰ ਕਿਸਾਨ ਦਾ ਲੈਂਦਾ ਸੀਗਾ, ਦੂਜਾ ਨਾਂ ਕਿਸਾਨ ਦਾ ਲੈਂਦਾ ਸੀ ਤੇ ਨਾ ਹੀ ਕਿਸਾਨ ਦਾ ਨਾਂ ਅੱਜ ਕੱਲ੍ਹ ਜ਼ੁਬਾਨ ਤੇ ਆਉਂਦਾ। ਸੋ ਇਹ ਅੱਜ ਦੀ ਜਿਹੜੀ ਘਟਨਾ ਵਾਪਰੀ ਹੈ ਲੁਧਿਆਣੇ ਦੇ ਵਿੱਚ, ਇਹਨੇ ਇੱਕ ਵਾਰ ਫੇਰ ਲੋਕਾਂ ਦਾ ਮੱਥਾ ਠਣਕਾ ਦਿੱਤਾ ਕਿ ਇਹ ਸਿਲਸਿਲਾ ਸ਼ਾਇਦ ਇਸ ਸਰਕਾਰ ਦੇ ਵਿੱਚ ਵੀ ਚੱਲਦਾ ਰਹੇਗਾ। ਜੋ ਬੇਹੁਰਮਤੀਆਂ ਵਾਲਾ ਸਿਲਸਿਲਾ ਚੱਲਦਾ ਪਿਆ ਲਗਭਗ 2-2.5 ਸਾਲ ਤੋਂ, ਇਹ ਮੁਸ਼ਕਲ ਹੈ ਕਿ ਇਸ ਸਰਕਾਰ ਦੇ ਵਿੱਚ ਵੀ ਰੁਕੇ। ਅੱਜ ਦੀ ਜਿਹੜੀ ਘਟਨਾ ਆ ਉਹਦਾ ਵੈਸੇ ਬੜਾ ਦਿਲਚਸਪ ਹੈ ਵਰਤਾਰਾ, ਉਸ ਘਟਨਾ ਦਾ ਵਾਪਰਨਾ ਵੀ ਬੜਾ ਦਿਲਚਸਪ ਆ। ਉੱਥੇ ਕੋਈ ਗੁਰਦੁਆਰਾ ਸੁਖਮਨੀ ਸਾਹਿਬ, ਉਸ ਸੁਖਮਨੀ ਸਾਹਿਬ ਦੇ ਗੁਰਦੁਆਰੇ ਲਾਗੇ ਅੱਜ ਲੋਕਾਂ ਨੇ ਸਵੇਰੇ ਜਪਜੀ ਸਾਹਿਬ ਦੇ ਕੁਛ
ਪੰਨੇ ਸੀਗੇ ਜਿਹੜੇ ਉਹ ਪਾਟੇ ਵਿਖੇ, ਉਹਨਾਂ ਪੱਤਰਿਆਂ ਦੇ ਪਾੜੇ ਜਾਣ ਤੋਂ ਬਾਅਦ ਵਿਖ ਜਾਣ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ, ਲੋਕਾਂ ਨੂੰ ਸ਼ੱਕ ਹੋਇਆ ਕਿ ਫਲਾਣਾ ਬੰਦਾ ਇੱਥੇ ਸੁੱਟ ਕੇ ਗਿਆ। ਪੁਲਿਸ ਨੇ ਲੋਕਾਂ ਦੇ ਕਹਿਣ ਤੇ ਉਸ ਬੰਦੇ ਨੂੰ ਫੜ ਲਿਆ, ਉਹ ਇੱਕ ਮਾਲਕ ਮਕਾਨ ਸੀ। ਉਹਨੇ ਕਿਹਾ ਜੀ ਕਿ ਮੈਂ ਇਹ ਕੰਮ ਨਹੀਂ ਕੀਤਾ, ਮੇਰਾ ਤਾਂ ਜਿਹੜਾ ਕਿਰਾਏਦਾਰ ਸੀਗਾ ਉਹ ਇੱਥੋਂ ਸ਼ਿਫਟ ਕਰ ਗਿਆ, ਇੱਥੋਂ ਉਹ ਹੋ ਗਿਆ। ਉਹਦਾ ਜਿਹੜਾ ਸਮਾਨ ਸੀਗਾ ਉਸ ਸਮਾਨ ਦੇ ਚੱਕਣ ਤੋਂ ਬਾਅਦ ਇੱਕ ਲਿਫਾਫਾ ਰਹਿ ਗਿਆ ਸੀਗਾ, ਲਿਫਾਫਾ ਜਿਹੜਾ ਉਹਦੇ ਵਿੱਚ ਇਹ ਸਭ ਕੁਛ ਸੀ। ਮੈਨੂੰ ਤਾਂ ਪਤਾ ਨੀ, ਮੈਂ ਚੱਕ ਕੇ ਉਹ ਲਿਫਾਫਾ ਗਲੀ ਚ ਸੁੱਟ ਗਿਆ, ਮੈਨੂੰ ਨੀ ਪਤਾ ਉਹਦੇ ਚ ਕੀ ਆ। ਫਿਰ ਉਹਦੀਆਂ ਇਹਨਾਂ ਸਾਰੀਆਂ ਗੱਲਾਂ ਦੇ ਆਧਾਰ ਤੇ ਅੱਗੇ ਉਸ ਬੰਦੇ ਨੂੰ ਲੱਭਿਆ ਗਿਆ ਜਿਹੜਾ ਉਸ ਮਕਾਨ ਦੇ ਵਿੱਚ ਮੂਵ ਹੋਇਆ ਸੀ। ਉਹਦਾ ਨਾਮ ਹਰਪ੍ਰੀਤ ਸਿੰਘ ਸੀਗਾ, ਉਮਰ ਉਹਦੀ ਕੋਈ 26 ਸਾਲ ਦੱਸੀ ਜਾਂਦੀ ਹੈ। ਉਹ ਆ ਜਿਹੜੇ ਦਰਜੀ ਹੁੰਦੇ ਆ, ਕਾਜ ਕੂਜ ਕਰਦੇ ਆ, ਇਹ ਕੰਮ ਕਰਦਾ ਸੀਗਾ, ਲੇਬਰ ਸੀਗਾ। ਸੋ ਉਹਨੂੰ ਫੜਿਆ ਗਿਆ। ਉਹਨੇ ਅੱਗੇ ਜੋ ਗੱਲ ਦੱਸੀ ਹੈ, ਉਹਨੇ ਇਹ ਦੱਸੀ ਹੈ ਕਿ ਮੇਰੇ ਬੱਚਿਆਂ ਤੋਂ ਗਲਤੀ ਦੇ ਨਾਲ ਗੁਟਕਾ ਸਾਹਿਬ ਪਾੜਿਆ ਗਿਆ ਸੀਗਾ, ਤੇ ਮੈਂ ਇਹਨੂੰ ਸਤਿਕਾਰ ਦੇ ਵਜੋਂ ਸਮਝਿਆ ਹੋਇਆ ਸੀਗਾ ਕਿ ਕਿਸੇ ਸਮੇਂ ਮੈਂ ਇਹਨੂੰ ਪ੍ਰਵਾਹ ਕੇ ਆਊਂਗਾ, ਮਤਲਬ ਕਿ ਜਲ ਪ੍ਰਵਾਹ ਕਰ ਦੂੰਗਾ। ਸਤਿਕਾਰ ਸਹਿਤ ਮੈਂ ਰੱਖਿਆ ਹੋਇਆ ਸੀ। ਜਦੋਂ ਮੈਂ ਸਾਰਾ ਸਮਾਨ ਚੁੱਕਿਆ ਤੇ ਇਹ ਲਿਫਾਫਾ ਮੇਰਾ ਭੁੱਲ ਗਿਆ। ਹੁਣ ਉਹਨੇ ਇਹ ਗੱਲ ਕਹੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਜਿਹੜਾ ਉੱਥੋਂ ਦਾ ਕਮਿਸ਼ਨਰ, ਪੁਲਿਸ ਕਮਿਸ਼ਨਰ ਹੈ, ਉਹ ਕਹਿੰਦਾ ਜੀ ਕਿ ਇਹ ਜਿਹੜੀ ਕਹਾਣੀ ਹੈ ਉਹ ਦੱਸਦੀ ਹੈ ਕਿ ਇਰਾਦਤਨ ਇਹ ਬੇਹਰਮਤੀ ਨਹੀਂ ਕੀਤੀ ਗਈ, ਇਹ ਗੈਰ ਇਰਾਦਤਨ ਹੋਈ ਹੈ, ਬੱਚਿਆਂ ਦੀ ਗਲਤੀ ਹੈ। ਇਹਦੇ ਚ ਹਾਲੇ ਤੱਕ FIR ਦਰਜ ਨਹੀਂ ਕੀਤੀ। ਸੋ ਇਸ ਮਾਮਲੇ ਚ ਵੀ FIR ਦਰਜ ਜਿਹੜੀ ਉਹ ਨਹੀਂ ਹੋਈ ਹੁਣ ਤੱਕ। ਹਾਂ, ਹੋ ਸਕਦੀ ਉਹਨਾਂ ਨੇ CU ਜਿਹੜੀ ਹੈ ਰਜਿਸਟਰ ਕੀਤੀ ਹੈ, ਜਿਹਦੇ ਆਧਾਰ ਤੇ ਅੱਗੇ ਜਾ ਕੇ FIR ਦਰਜ ਕੀਤੀ ਜਾ ਸਕਦੀ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ, ਅਸੀਂ ਨੀ ਕਹਿੰਦੇ ਕਿ ਉਹਨੇ ਜਾਣ ਬੁੱਝ ਕੇ ਕੀਤਾ ਜਾਂ ਕੋਈ ਹੋਰ ਉਹਦੀ ਮਨਸ਼ਾ ਭਾਵਨਾ ਸੀ ਬੰਦੇ ਦੀ, ਹਰਪ੍ਰੀਤ ਸਿੰਘ ਦੀ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੁੰਦਾ ਕਿ ਜੇ ਬੱਚਿਆਂ ਨੇ ਗਲਤੀ ਕਰ ਵੀ ਲਈ ਸੀ, ਬੱਚੇ ਮਾਸੂਮ ਹੁੰਦੇ ਆ, ਬੱਚੇ ਭੋਲੇ ਹੁੰਦੇ ਆ, ਤੇ ਉਹਨੇ ਫੇਰ ਇਹ ਸਾਰਾ ਕੁਛ ਹੈ ਜਿਹੜਾ ਉਹ ਲਿਫਾਫੇ ਚ ਪਾ ਕੇ ਕਿਹੜੇ ਸਤਿਕਾਰ ਵਜੋਂ ਇੰਨੇ ਦਿਨ ਰੱਖ ਰੱਖਿਆ ਸੀ। ਜਦੋਂ ਇਹ ਉਹਨੂੰ ਪਤਾ ਸੀਗਾ ਕਿ ਬੇਹੁਰਮਤੀਆਂ ਵਾਲਾ ਸਿਲਸਿਲਾ ਚੱਲਦਾ ਪਿਆ, ਉਹਦੇ ਵਿੱਚ ਕੁਛ ਵੀ ਹੋ ਸਕਦਾ, ਉਹਨੂੰ ਫੌਰੀ ਤੌਰ ਤੇ ਕਿਸੇ ਗੁਰਦੁਆਰੇ ਦੇ ਵਿੱਚ ਇਤਲਾਹ ਕਰਨੀ ਚਾਹੀਦੀ ਸੀ ਜਾਂ ਕੋਈ ਹੋਰ ਹੱਲ ਕੱਢਣਾ ਚਾਹੀਦਾ ਸੀਗਾ, ਨਾ ਕਿ ਇਹ ਕਿ ਉਹ ਲਿਫਾਫੇ ਦੇ ਵਿੱਚ ਪਾ ਕੇ ਅੰਗਾਂ ਨੂੰ ਉੱਥੇ ਰੱਖ ਸਕਦਾ। ਸੋ ਉਹਨੇ ਵੀ ਗਲਤੀ ਕੀਤੀ ਹੈ, ਹੁਣ ਉਹਦੀ ਗਲਤੀ ਨੂੰ ਪੁਲਿਸ ਵੀ ਹੈ ਜਿਹੜੀ ਉਹ ਮੰਨਦੀ ਨਹੀਂ, ਸਗੋਂ ਉਹਨੂੰ ਰਿਆਇਤ ਦੇ ਰਹੀ ਹੈ। ਇਹ ਚੀਜ਼ਾਂ ਜਿਹੜੀਆਂ, ਇਹਨਾਂ ਚੀਜ਼ਾਂ ਨੇ ਅੱਗੇ ਗੱਲ ਇੱਥੋਂ ਤੱਕ ਪਹੁੰਚਾਈ ਹੈ। ਘੱਟੋ ਘੱਟ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਜਿਸ ਦੇ ਘਰੇ ਪਾਵਨ ਗੁਰਬਾਣੀ ਦੀਆਂ ਕਿਸੇ ਵੀ ਕਿਸਮ ਦੀ ਕੋਈ ਪੋਥੀ ਹੈ, ਕੋਈ ਗ੍ਰੰਥ ਹੈ, ਉਹਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਸਾਂਭ ਸੰਭਾਲ ਦੇ ਨਾਲ ਰੱਖੇ, ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ। ਸਾਰਾ ਕੰਮ ਉਹਦਾ ਹੈ ਜਿਸਨੇ ਸਤਿਕਾਰ ਦੇ ਵਜੋਂ ਆਪਣੇ ਘਰੇ ਇਸ ਤਰ੍ਹਾਂ ਦੇ ਗ੍ਰੰਥ ਰੱਖੇ ਹੋਏ ਆ। ਸੋ ਇਹ ਜ਼ਿੰਮੇਵਾਰੀ ਤਾਂ ਕਿਸੇ ਨਾ ਕਿਸੇ ਨੂੰ ਤੈਅ ਕਰਵਾਉਣੀ ਪਊਗੀ, ਤੈਅ ਕਰਨੀ ਪਊਗੀ। ਪਰ ਹਾਲ ਦੀ ਘੜੀ ਕੈਪਟਨ ਸਰਕਾਰ ਹੈ ਜਿਹੜੀ, ਉਹ ਕੈਪਟਨ ਸਰਕਾਰ ਇਹਨਾਂ ਸਵਾਲਾਂ ਦੇ ਘੇਰਿਆਂ ਚ ਘਿਰਦੀ ਨਜ਼ਰ ਆਉਂਦੀ ਹੈ ਕਿ ਤੁਸੀਂ ਕਹਿੰਦੇ ਸੀਗੇ ਕਿ ਸਾਨੂੰ ਕੁਰਸੀ ਤੇ ਬਾ ਦਿਓ, ਉਸ ਤੋਂ ਬਾਅਦ ਅਸੀਂ ਝੁੱਲੂ ਫਿਰਨਾ ਚਾਰ ਚੁਫੇਰੇ ਕਿ ਸਾਰਾ ਕੁਛ ਹੈ ਜਿਹੜਾ ਠੀਕ ਕਰ ਦਿਆਂਗੇ। ਪਰ ਅਫਸੋਸ ਦੀ ਗੱਲ ਹੈ ਕਿ ਇੱਕਾ ਦੁੱਕਾ ਚੀਜ਼ਾਂ ਨੂੰ ਛੱਡ ਕੇ ਠੀਕ ਕੱਖ ਵੀ ਨਹੀਂ ਹੋਇਆ, ਸਾਰਾ ਕੁਛ ਰੋਲ ਗਿਆ ਜੀ ਲਾਲ ਬੱਤੀਆਂ ਦੇ ਥੱਲੇ। ਹੋਣਾ ਕੀ ਆ, ਦੇਖੋ ਜੇ ਕੁਛ ਕਰਨਗੇ ਤਾਂ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕੁਛ ਵੈਸੇ ਇਹਨਾਂ ਨੇ ਕੈਬਨਿਟ ਨੇ ਅਹਿਮ ਫੈਸਲੇ ਲਏ ਆ ਜਿਸ ਦੇ ਵਿੱਚ ਰੋਡ ਹਾਦਸੇ ਰੋਕਣ ਦੇ ਲਈ ਕਦਮ ਚੁੱਕੇ ਜਾਣਗੇ। ਦੇਖੋ ਹਾਂਜੀ, ਕੈਬਨਿਟ ਨੇ ਅੱਜ 2-3 ਜਿਹੜੇ ਫੈਸਲੇ ਵੱਡੇ ਲਏ ਆ। ਇੱਕ ਤੇ ਇਹਨਾਂ ਨੇ ਜਿਹੜਾ ਚੇਅਰਮੈਨ ਕੰਮ ਪ੍ਰਬੰਧਕੀ ਡਾਇਰੈਕਟਰ ਹੁੰਦਾ ਜਿਹਨੂੰ CMD ਕਹਿ ਦਿੰਦੇ ਆ ਪਾਵਰਕੌਮ ਦਾ, ਜਿਹੜਾ ਕਿ ਚੌਧਰੀ ਹੈ ਇਸ ਸਮੇਂ KD ਚੌਧਰੀ, ਉਸ CMD ਦੇ ਅਹੁਦੇ ਲਈ ਇਹਨਾਂ ਨੇ ਨਵੇਂ ਪੈਰਾਮੀਟਰ ਜਿਹੜੇ ਆ ਉਹ ਬਣਾਏ ਆ, ਤੈਅ ਕੀਤੇ ਆ, ਜਿਹਨਾਂ ਦੇ ਵਿੱਚ ਇੱਕ ਤੇ ਹੁਣ ਇਹ ਕਹਿੰਦੇ ਕਿ ਅਸੀਂ ਸੋਧ ਕਰਕੇ ਉਮਰ ਦਾ ਕ੍ਰਾਈਟੇਰੀਆ ਜਿਹੜਾ ਉਹ ਤੈਅ ਕਰਾਂਗੇ। ਦੂਸਰਾ ਇਹ ਹੈ ਕਿ ਯੋਗਤਾ ਜਿਹੜੀ ਹੋਏਗੀ, ਜਿਹੜਾ ਵੀ ਇਸ ਅਹੁਦੇ ਤੇ ਪਹੁੰਚੇਗਾ ਉਹਦੀ ਜਿਹੜੀ ਯੋਗਤਾ ਹੋਏਗੀ ਉਹ ਸਿਵਲ ਇੰਜੀਨੀਅਰਿੰਗ, ਇਲੈਕਟ੍ਰੋਨਿਕ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇੰਸਟਰੂਮੈਂਟਲ ਇੰਜੀਨੀਅਰਿੰਗ ਤੇ ਇਨਫਰਮੇਸ਼ਨ ਟੈਕਨੋਲੋਜੀ ਹੋਏਗੀ। ਤੇ ਇਹਦੇ ਲਈ ਇਹਨਾਂ ਨੇ ਇਹ ਕਿਹਾ ਕਿ ਜੋ ਵੀ ਅਧਿਕਾਰੀ ਇਹਦੇ ਲਈ ਅਪਲਾਈ ਕਰਨ ਦੇ ਯੋਗ ਹੋਏਗਾ ਉਹ ਘੱਟੋ ਘੱਟ IAS ਪੱਧਰ ਦਾ ਅਧਿਕਾਰੀ ਹੋਏਗਾ। ਮਤਲਬ ਇਸ ਫੈਸਲੇ ਤੋਂ ਨਿਕਲਦਾ ਵਾ, ਜੇ ਅਸੀਂ ਇਹਦਾ ਨਿਚੋੜ ਕੱਢਣਾ ਹੋਵੇ, ਸੰਖੇਪ ਦੇ ਵਿੱਚ ਅਸੀਂ ਮੁਕਤਸਰ ਇਹਦਾ ਸਿੱਟਾ ਕੱਢਣਾ ਹੋਵੇ ਤੇ ਉਹ ਇਹ ਆ ਕਿ KD ਚੌਧਰੀ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਲਾ ਕੇ ਕੋਈ ਆਪਣੇ ਪਸੰਦ ਦਾ ਬੰਦਾ ਬਿਠਾਉਣਾ ਚਾਹੁੰਦੇ ਆ। KD ਚੌਧਰੀ ਨੇ ਅਸਤੀਫਾ ਨਹੀਂ ਦਿੱਤਾ, ਆਮ ਤੌਰ ਤੇ ਜਿਹੜੇ ਚੇਅਰਮੈਨ ਇਹਨਾਂ ਦੇ ਫਿੱਟ ਕੀਤੇ, ਇਹਨਾਂ ਦੇ ਕਮਿਸ਼ਨਾਂ ਚ ਬਿਠਾਏ ਬੰਦੇ ਚਲੇ ਗਏ, ਆਪਣੇ ਆਪ ਹੀ ਚਲੇ ਗਏ। ਪਰ KD ਚੌਧਰੀ ਨੇ ਨਾ ਹੀ ਕੋਈ ਇਹੋ ਜਿਹੀ ਪੇਸ਼ਕਸ਼ ਕੀਤੀ, ਨਾ ਹੀ ਉਹਨੂੰ ਕਿਹਾ ਗਿਆ। ਉਹ ਆਪਣੇ ਅਹੁਦੇ ਤੇ ਬੈਠਾ ਹੈ ਜਿਹੜਾ ਕਿ ਐਕਸਟੈਂਸ਼ਨਾਂ ਦੇ ਪਾਵੇ ਬਣਾ ਕੇ ਅਹੁਦਾ ਉੱਚਾ ਹੋਇਆ। ਹੁਣ KD ਚੌਧਰੀ ਦਾ ਮੇਰੇ ਖਿਆਲ ਦੇ ਨਾਲ ਵੇਲਾ ਜਿਹੜਾ ਉਹ ਜਾਣਦਾ ਆ ਚੁੱਕਾ। ਇਹਨਾਂ ਨੇ ਇਸ ਤਰ੍ਹਾਂ ਦਾ
ਕ੍ਰਾਈਟੇਰੀਆ ਜਿਹੜਾ ਉਹ ਤੈਅ ਕਰ ਦੇਣਾ। ਦੂਜਾ ਫੈਸਲਾ ਇਹਨਾਂ ਨੇ ਅੱਜ ਇਹ ਕੀਤਾ ਕਿ ਜੀ ਅਸੀਂ ਜਿਹੜੇ ਰੋਡ ਹਾਦਸੇ ਆ ਉਹਨਾਂ ਨੂੰ ਰੋਕਣ ਲਈ ਪਹਿਲ ਕਦਮੀਆਂ ਕਰਾਂਗੇ। ਜਿੱਦਾਂ ਇੱਕ ਤੇ ਇਹਨਾਂ ਨੇ ਕਹਿ ਦਿੱਤਾ ਕਿ ਜੀ ਜਿਹੜੇ ਸਪੀਡ ਮਾਪਣ ਵਾਲੇ ਯੰਤਰ ਹੁੰਦੇ ਆ ਇਹ ਲਾਓ, ਜਿਹੜੇ ਅਧਿਕਾਰੀ ਆ ਉਹ ਚੈੱਕ ਕਰਨ ਥਾਂ ਥਾਂ ਤੇ, ਖਾਸ ਤੌਰ ਤੇ ਬੱਸਾਂ ਜਿਹੜੀਆਂ ਬੱਸਾਂ ਨਿੱਜੀ ਬੱਸਾਂ ਨੇ ਉਹਨਾਂ ਦੀ ਸਪੀਡ ਚੈੱਕ ਕਰਨ, ਜਨਤਕ ਬੱਸਾਂ ਦੇ ਵਿੱਚ ਵੀ ਸਪੀਡ ਮਾਪ ਯੰਤਰ ਹੈ ਜਿਹੜੇ ਲਾਏ ਜਾਣ। ਇਸ ਤਰ੍ਹਾਂ ਦੇ ਕੁਛ ਇਹਨਾਂ ਨੇ ਫੈਸਲੇ ਲਏ ਆ, ਪਰ ਉਹ ਫੈਸਲੇ ਅੱਗੇ ਜਾ ਕੇ ਲਾਗੂ ਕਦੋਂ ਕਰਨਗੇ ਉਹ ਸਮਝ ਦੱਸੇਗਾ, ਕਿਉਂਕਿ ਜਦੋਂ ਇਹ ਕਹਿ ਰਹੇ ਸਨ ਇਹਨਾਂ ਚੀਜ਼ਾਂ ਤੇ ਵਿਚਾਰ ਵਟਾਂਦਰਾ ਕਰ ਰਹੇ ਸਨ, ਉਸੇ ਦਰਮਿਆਨ ਨਿਊ ਦੀਪ ਬੱਸ ਸਰਵਿਸ ਨੇ ਅੱਜ ਇੱਕ ਬੰਦਾ ਹੋਰ ਦਰਡ ਦਿੱਤਾ ਜੀਰੇ ਦੇ ਲਾਗੇ। ਕੱਲ ਵੀ 10 ਮੌਤਾਂ ਹੋਈਆਂ ਸਨ ਸਾਡੇ ਪੰਜਾਬ ਦੇ ਵਿੱਚ, ਅੱਜ ਵੀ 10 ਦੇ ਅੰਕੜਾ 8-10 ਦੇ ਕਰੀਬ ਆ। ਰੋਜ਼ਾਨਾ ਸਾਡੇ ਇੱਥੋਂ ਦੇ 8-10 ਪੰਜਾਬੀ ਆ ਜਿਹੜੇ ਸੜਕ ਹਾਦਸਿਆਂ 'ਚ ਮਰਨ ਡਏ ਆ। ਹੁਣ ਇਹਨਾਂ ਨੇ ਮੀਟਿੰਗ ਰੱਖ ਕੇ ਇਹ ਫੈਸਲਾ ਜਿਹੜਾ ਕੀਤਾ ਕੈਬਨਿਟ ਦੇ ਵਿੱਚ, ਹੋਰ ਵੀ ਕਈ ਚਰਚੇ ਕੀਤੇ ਅੱਜ, CCL ਨੂੰ ਲੈ ਕੇ ਵੀ ਇਹਨਾਂ ਨੇ ਚਰਚਾ ਕੀਤਾ। ਉਹ ਕਹਿੰਦੇ ਉਹ ਵੀ ਅਸੀਂ ਖਾਤਾ ਜਾ ਕੇ ਹੁਣ ਕੇਂਦਰ ਦੇ ਕੋਲ ਖੋਲਾਂਗੇ ਦੁਬਾਰਾ ਕਿ ਇਹ ਕਪਲਾ ਜਾਂ ਕੀ ਆ ਖੱਪਾ, ਸਾਨੂੰ ਦੱਸੋ, ਸਪਸ਼ਟ ਕਰੋ। ਤੇ ਉਹ ਤੇ ਪੰਜਾਬ ਵੀ ਸਾਰਾ ਕਹਿੰਦਾ ਕਿ ਸਾਨੂੰ ਪਤਾ ਤੇ ਲੱਗੇ, ਕਰਜ਼ਾ ਸਾਡੇ ਸਿਰ ਤੇ ਰੱਖ ਦਿੱਤਾ ਇਹਨਾਂ, ਇਹ ਸਪਸ਼ਟ ਤੇ ਕਰੋ ਕਿ ਇਹ ਕਪਲਾ ਸੀਗਾ, ਇਹ ਕੋਈ ਵਾਧਾ ਘਾਟਾ ਸੀਗਾ ਜਾਂ ਕੋਈ ਹੋਰ ਬੁਲਾਇਆ, ਸਾਨੂੰ ਦੱਸ ਤੇ ਦਿਓ। ਸੋ ਕਈ ਤਰ੍ਹਾਂ ਦੇ ਇਹਨਾਂ ਨੇ ਚਰਚੇ ਕੀਤੇ ਕੈਬਨਿਟ ਦੇ ਵਿੱਚ, ਪਰ ਪ੍ਰਮੁੱਖ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਤੇ ਪਾਵਰਕੌਮ ਦਾ ਜਿਹੜਾ ਚੇਅਰਮੈਨ ਆ ਉਹਦੇ ਲਈ ਬੰਦੋਬਸਤ ਕੀਤੇ ਜਾ ਰਹੇ, ਦੂਸਰੇ ਕਿ ਇਹ ਜਿਹੜੇ ਸੜਕ ਹਾਦਸੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਅਣਿਆਈ ਮੌਤੇ ਮਰਦੀਆਂ ਪਈਆਂ, ਉਹਨਾਂ ਦੇ ਲਈ ਇਹਨਾਂ ਨੇ ਕੁਛ ਨਾ ਕੁਛ ਕਰਨ ਦਾ ਜਿਹੜਾ ਅਹਿਦ ਲਿਆ, ਪਰ ਇਸ ਅਹਿਦ ਦੇ ਅਮਲ ਤੱਕ ਪਹੁੰਚਣ ਦੇ ਕਿੰਨੇ ਕੁ ਇਮਕਾਨ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਆਪੇ ਲਾ ਲਿਓ ਕਿ ਇਹ ਕਹਿੰਦੇ ਜੀ ਸੜਕਾਂ ਤੇ ਸਪੀਡ ਨਾਪਣ ਵਾਲੇ ਯੰਤਰ ਲਾਓ, ਤੇ ਤੁਸੀਂ ਹੈਰਾਨ ਰਹਿ ਜਾਓਗੇ ਸਪੀਡ ਨਾਪਣ ਵਾਲਾ ਇਹ ਯੰਤਰ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਕਿੰਨੇ ਆ, ਉਹਨਾਂ ਦੀ ਗਿਣਤੀ ਹੈ 1.25 ਲੱਖ। ਸਿਰਫ ਇੱਕੋ ਤੇ ਇੱਕ ਸਾਡੇ ਕੋਲ ਸਪੀਡ ਨਾਪਣ ਵਾਲਾ ਯੰਤਰ ਆ ਜਿਹੜਾ ਕਿ ਜਿੱਦਾਂ ਕਹਿ ਲਈਏ ਨਾ ਕਿ ਉਹ ਸਾਂਝੀ ਚੀਜ਼ ਹੁੰਦੀ ਆ, ਚਾਰ ਜਣਿਆਂ ਦੀ ਸਾਂਝੀ ਦਾਤਰੀ ਹੋਵੇ ਤੇ ਸਵੇਰੇ ਪੱਠੇ ਕੋਈ ਵੱਢਦਾ, ਦੁਪਹਿਰੇ ਕੋਈ ਵੱਢਦਾ, ਸ਼ਾਮੀ ਕੋਈ ਵੱਢਦਾ, ਫਿਰ ਕਿਸੇ ਨੂੰ ਰਾਤ ਦੀ ਵਾਰੀ ਆਉਂਦੀ ਹੈ। ਉਸੇ ਤਰੀਕੇ ਦੇ ਨਾਲ ਉਹ ਜਿਹੜਾ ਯੰਤਰ ਹੈ ਉਹ ਇੱਕ ਵਾਰੀ ਇੱਕ ਜ਼ਿਲ੍ਹਾ ਲੈ ਜਾਂਦਾ, ਇੱਕ ਵਾਰੀ ਇੱਕ ਜ਼ਿਲ੍ਹਾ ਲੈ ਜਾਂਦਾ, ਕੋਈ ਉੱਥੋਂ 10 ਕੁ ਚਲਾਨ ਕੱਟ ਦਿੰਦਾ, ਕੋਈ ਉੱਥੋਂ 10 ਕੁ ਚਲਾਨ ਕੱਟ ਦਿੰਦਾ, ਉਹ ਇਸ ਤਰ੍ਹਾਂ ਸਾਂਝੇ ਕਈ ਘਰਾਂ ਦੀ ਉੱਪਰ ਪ੍ਰਾਹੁਣਾ ਬਣ ਕੇ ਤੇ ਘੁੰਮਦਾ ਫਿਰਦਾ। ਸੋ ਇਹ ਇੱਕ ਯੰਤਰ ਦੇ ਨਾਲ ਇਹੋ ਜਿਹੀ ਜੰਗ ਹੈ ਜਿਹੜੀ ਉਹ ਫੌਜੀ ਸਾਹਿਬ ਲੜਨ ਚੱਲੇ ਆ। ਸੋ ਇਹ ਤਾਂ ਕਹਿ ਸਕਦੇ ਕਿ ਬਿਨਾਂ ਹਥਿਆਰਾਂ ਤੋਂ ਜੰਗ ਲੜਨ ਵਾਲੀ ਗੱਲ ਆ, ਘੱਟੋ ਘੱਟ ਇਹੋ ਜਿਹੜੇ ਪ੍ਰਬੰਧ ਆ ਉਹ ਵੱਡੇ ਪੱਧਰ ਤੇ ਕਰਨੇ ਪੈਣਗੇ, ਤਾਂ ਹੀ ਜਾ ਕੇ ਇਹ ਜਿਹੜੀ ਅੰਨੀ ਰਫਤਾਰ ਹੈ ਸੜਕਾਂ ਤੇ ਉਹਨੂੰ ਨੱਥ ਪੈ ਸਕਦੀ ਆ। ਜੇ ਸਿਰਫ ਤੇ ਸਿਰਫ ਖਾਨਾ ਪੂਰਤੀ ਕਰਨੀ ਹੈ, ਪ੍ਰੈਸ ਨੋਟ ਭੇਜ ਕੇ ਖਬਰ ਲਵਾ ਲੈਣੀ ਹੈ, ਉਹ ਲਵਾਈ ਜਾਣਾ, ਉਹਦਾ ਕੋਈ ਅਸਰ ਨਹੀਂ ਹੋਣਾ। ਕਾਗਜ਼ਾਂ ਦੇ ਨਾਲ ਇਹ ਜਿਹੜੀਆਂ ਹੋਣੀਆਂ ਨੇ ਉਹ ਨਹੀਂ ਰੁਕਣੀਆਂ, ਜੇ ਰੋਕਣੀਆਂ ਸੱਚਮੁੱਚ ਤੇ ਫਿਰ ਇਹਨਾਂ ਨੂੰ ਪ੍ਰਬੰਧ ਠੋਸ ਕਰਨਾ ਪਊ। ਬਿਲਕੁਲ ਜੀ, ਕਿਤੇ ਸਾਰਾ ਕੁਝ ਪੇਪਰਾਂ ਦੇ ਵਿੱਚ ਹੀ ਨਾ ਰਹਿ ਜਾਵੇ। ਅਸੀਂ ਆਹ ਵੀ ਕੀਤਾ ਸੀ, ਕਹਿੰਦਾ ਕਿ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤੇ ਫੀਸਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ। ਬਹੁਤ ਜ਼ਬਰਦਸਤ ਵਾਧਾ ਕੀਤਾ ਗਿਆ ਜੀ ਪੰਜਾਬ ਯੂਨੀਵਰਸਿਟੀ ਦੀਆਂ ਫੀਸਾਂ ਦੇ ਵਿੱਚ, ਤੇ ਅਥਾਹ ਵਾਧਾ ਕੀਤਾ। ਐਮਟੈਕ ਦੀ ਇਹਨਾਂ ਨੇ ਫੀਸ ਹੈ ਜਿਹੜੀ ਉਹ ਵਧਾ ਕੇ 16,000 ਤੋਂ ਸਿੱਧੀ 35,000 ਕਰ ਦਿੱਤੀ ਹੈ। ਐਮਏ ਹਿਊਮੈਨਿਟੀਜ਼ ਗਰੁੱਪ ਦੀ ਹੈ ਜਿਹੜੀ ਉਹ 2,440 ਚ ਪਹਿਲਾਂ ਹੁੰਦੀ ਸੀਗੀ, ਉਹ 10,000 ਕਰ ਦਿੱਤੀ। ਬੀਏ ਬੀਕੌਮ ਹੈ ਜਿਹੜੀ ਉਹ 2,200 ਤੋਂ ਵਧਾ ਕੇ ਫੀਸ 10,000 ਕਰ ਦਿੱਤੀ। ਬੀਐਸਸੀ ਦੀ ਫੀਸ ਸੀ ਜਿਹੜੀ 2,320 ਰੁਪਈਏ, ਉਹ 15,000 ਚੁੱਕ ਦਿੱਤੀ। ਐਲਐਲਬੀ ਦੀ ਜਿਹੜੀ ਫੀਸ ਸੀਗੀ ਸਾਲਾਨਾ ਮੇਰੇ ਖਿਆਲ ਦੇ ਨਾਲ 4,000 ਸੀ, ਉਹ 25,000 ਕਰ ਦਿੱਤੀ ਸਿੱਧੀ। ਐਮਬੀਏ ਦੀ ਜਿਹੜੀ ਫੀਸ ਸੀ 9,400 ਰੁਪਈਆ, ਮਹਿਲ 9,400, ਉਹ ਸਿੱਧੀ 1,00,000 ਰੁਪਈਆ ਕਰ ਦਿੱਤੀ। ਤੇ ਜਰਨਲਿਜ਼ਮ ਦੀ ਐਮਏ ਹੈ ਜਿਹੜੀ ਉਹਦੀ ਫੀਸ ਮਾਤਰ 5,920 ਰੁਪਈਏ ਸੀ, ਉਹ ਸਿੱਧੀ ਇਹਨਾਂ ਨੇ 30,000 ਰੁਪਈਏ ਕਰ ਦਿੱਤੀ ਹੈ। ਦੇਖੋ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦਾ ਦਿਵਾਲਾ ਨਿਕਲਿਆ, ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨੀ। ਤੇ ਕੇਂਦਰ ਨੇ ਆਖਰੀ ਵਾਰ ਇਹ ਕਹਿ ਕੇ ਗ੍ਰਾਂਟ ਦਿੱਤੀ ਹੈ ਕਿ ਭਾਈ ਆਪਦਾ ਪ੍ਰਬੰਧ ਗਾਹ ਤੋਂ ਕਰ ਲਓ। ਥੋੜੀ ਬਹੁਤ ਗ੍ਰਾਂਟ ਜਿਹੜੀ ਆਈ ਮੇਰੇ ਖਿਆਲ ਦੇ ਨਾਲ 18 ਕਰੋੜ ਰੁਪਈਏ ਦੀ ਆਈ ਹੈ, ਉਹਦੇ ਨਾਲ ਇਹਨਾਂ ਨੇ ਤਨਖਾਹ ਦਿੱਤੀਆਂ ਤੇ ਹੁਣ ਘਾਟੇ ਦਾ ਰੋਣਾ ਰੋ ਕੇ ਇਹਨਾਂ ਨੇ ਫੀਸਾਂ ਵਧਾ ਦਿੱਤੀਆਂ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਦੇ ਮਾਂ ਬਾਪ ਗਰੀਬ ਆ, ਜਿਹੜੇ ਮਜ਼ਦੂਰਾਂ ਦੇ ਬੱਚੇ ਆ ਜਾਂ ਮੱਧ ਵਰਗੀ ਘਰਾਂ ਦੇ ਬੱਚੇ ਆ, ਉਹਨਾਂ ਲਈ ਇਹ ਜਿਹੜਾ ਬੋਝ ਪਾ ਦਿੱਤਾ ਗਿਆ, ਉਹ ਇਸ ਬੋਝ ਨੂੰ ਕਿਸ ਤਰ੍ਹਾਂ ਉੱਠਣਗੇ, ਕਿਸ ਤਰ੍ਹਾਂ ਉੱਠਣਗੇ, ਇਹ ਬਹੁਤ ਵੱਡਾ ਸਵਾਲ ਆ। ਕਿਉਂਕਿ ਦੇਖੋ ਬਹੁਤ ਸਾਰੇ ਬੱਚੇ ਇਹੋ ਜਿਹੇ ਆ ਜਿਨ੍ਹਾਂ ਦਾ
ਜਿਹੜਾ ਘਰ ਦਾ ਖਰਚਾ ਸਾਰਾ ਇੱਧਰ ਲੱਗ ਜਾਂਦਾ। ਜੇ ਆਮਦਨ ਲਾ ਲਈਏ ਤਾਂ ਉਹ ਸਾਰੀ ਆਮਦਨ ਹੈ ਜਿਹੜੀ ਉਹ ਪੜ੍ਹਾਈ ਚ, ਬੱਚਿਆਂ ਦੀ ਪੜ੍ਹਾਈ ਚ ਰੁੜ ਜਾਂਦੀ। ਕੁਛ ਬੱਚੇ ਇਹੋ ਜਿਹੇ ਆ ਜਿਹਨਾਂ ਨੂੰ ਲੋਨ ਲੈ ਕੇ ਪੜ੍ਹਨਾ ਪੈ ਰਿਹਾ, ਕੁਛ ਬੱਚੇ ਇਹੋ ਜਿਹੇ ਆ ਜਿਹਨਾਂ ਦੇ ਮਾਂ ਬਾਪ ਹੈ ਨਹੀਂ, ਉਹ ਆਪਣੇ ਪੱਧਰ ਤੇ ਆਪਣੇ ਸਿਰੜ ਦੇ ਨਾਲ ਪੜ੍ਹਾਈ ਕਰਦੇ ਪਏ ਆ। ਸੋ ਸਭ ਤੋਂ ਵੱਡਾ ਪ੍ਰਭਾਵ ਤੇ ਉਹਨਾਂ ਨੂੰ ਪਏਗਾ। ਦੂਜੀ ਗੱਲ, ਸਭ ਤੋਂ ਵੱਡਾ ਪ੍ਰਭਾਵ ਮੇਰੇ ਖਿਆਲ ਦੇ ਨਾਲ ਕੁੜੀਆਂ ਤੇ ਪਵੇਗਾ, ਕਿਉਂਕਿ ਕੁੜੀਆਂ ਨੂੰ ਨਾ ਪੜ੍ਹਾਉਣ ਦੇ ਤੇ ਪਹਿਲਾਂ ਹੀ ਲੋਕ ਬਹਾਨੇ ਲੱਭਦੇ ਰਹਿੰਦੇ ਆ। ਜੇ ਇਸ ਤਰ੍ਹਾਂ ਇਹੋ ਜਿਹੀਆਂ ਯੂਨੀਵਰਸਿਟੀਆਂ ਦੇ ਵਿੱਚ, ਜਨਤਕ ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਫੀਸਾਂ ਚ ਵਾਧਾ ਹੋਏਗਾ ਤੇ ਇਹਦੀ ਮਾਰ ਮੇਰੇ ਖਿਆਲ ਦੇ ਨਾਲ ਕੁੜੀਆਂ ਤੇ ਵੀ ਬਹੁਤ ਵੱਡੇ ਪੱਧਰ ਤੇ ਪਵੇਗੀ। ਇੰਨਾ ਵਾਧਾ ਨਹੀਂ ਸੀ ਚਾਹੀਦਾ। ਸਰਕਾਰ ਠੀਕ ਆ ਤੇ ਕਈ ਵਾਰੀ ਕਰਦੀ ਆ ਨਾ ਕਰਨੀ ਕਰਦੀ, ਯੂਨੀਵਰਸਿਟੀਆਂ ਘਾਟੇ ਚ ਚਲੇ ਜਾਂਦੀਆਂ, ਪਰ ਇਹ ਜਿਹੜਾ ਇਸ ਤਰ੍ਹਾਂ ਦਾ ਬੱਚਿਆਂ ਤੇ ਸਾਰਾ ਬੋਝ ਪਾ ਦੇਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਫੀਸ ਆ ਜਿਹੜੀ ਉਹ 9400 ਤੋਂ ਸਿੱਧੀ 1,00,000 ਰੁਪਇਆ ਕਰਦੇ ਨੇ। ਇਹਦੇ ਵਿੱਚ ਤੇ ਕੋਈ ਕਸਰ ਹੀ ਨਹੀਂ ਬਾਕੀ ਕਿ ਹੁਣ ਕਹੀਏ ਇਹਨਾਂ ਨੂੰ ਕੀ। ਸਾਡੇ ਕੋਲ ਸ਼ਬਦ ਹੀ ਹੈ ਨਹੀਂ ਕਿ ਇੰਨਾ ਵਾਧਾ ਕੋਈ ਕੁਛ ਪਰਸੈਂਟ ਹੁੰਦਾ, ਪਰ 9400 ਤੋਂ ਸਿੱਧੀ 1,00,000 ਰੁਪਇਆ ਫੀਸ ਕਰਦੇ ਨੇ। ਤੁਸੀਂ ਆਪ ਅੰਦਾਜ਼ਾ ਲਾ ਲਓ ਜਿਹੜਾ ਬੱਚਾ ਜੇ 9400 ਫੀਸ ਭਰਦਾ ਪਿਆ ਉਹਨੂੰ ਯਕਦਮ 1,00,000 ਰੁਪਇਆ ਫੀਸ ਭਰਨੀ ਪਈ, ਤੇ ਪੜ੍ਹਾਈ ਛੱਡੇਗਾ ਹੋਰ ਕੀ ਕਰੇਗਾ। ਬਿਲਕੁਲ ਜੀ, ਪੜ੍ਹਨ ਵਾਲਿਆਂ ਲਈ ਜਿਹੜੀ ਆ ਇਹ ਬਹੁਤ ਔਖੀ ਗੱਲ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਈ ਗਰੀਬ ਬੱਚੇ ਹੁੰਦੇ ਆ ਪਰ ਪੜ੍ਹਨ ਲਈ ਬੜੇ ਹੁਸ਼ਿਆਰ ਹੁੰਦੇ ਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸ਼ੁਕਰੀਆ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸੂਰੀਆ ਜੀ, ਜੋ ਦੱਸਦੇ ਨੇ ਕੀ ਕੁਛ ਵਾਪਰ ਰਿਹਾ। ਇਸੇ ਦੇ ਨਾਲ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।